ਸਮਾਨ ਤਾਂ ਕਰਤਾ ਤਿਆਰ ਹੋ ਤੇ ਆ ਪਾਣੀ ਵੀ ਪਾਤਾ ਸੋਡਾ ਪਰਤਾ ਕੈਂਪਰ ਪਾਣੀ ਦਾ ਹਾਂ ਕੈਂਪਰ ਵੀ ਭਰਤਾ ਪਾਣੀ ਦਾ ਇਹ ਤੇ ਚਾਹ ਗੁੜ ਤੇ ਰੋਟੀਆਂ ਸੋਡੀਆਂ ਦੇਣ ਵਾਲੀਆਂ ਸਾਰਾ ਕੁਝ ਪਾਤਾ ਠੀਕ ਹੈ ਤੇ ਮੇਰੀ ਗੱਲ ਸੁਣੋ ਹਾਂ ਅੱਜ ਅਸੀਂ ਪਿੰਡ ਜਾਣਾ ਮਾ ਤਾਂ ਹੁਣ ਆਏਗਾ ਜੇ ਦੋ ਦਿਨ ਠਹਿਰ ਕੇ ਪਾ ਜਾਂਦੇ ਜਿਹੜਾ ਝੋਨਾ ਲੱਗ ਜਾਂਦਾ ਮੇਰੀ ਗੱਲ ਸੁਣੋ ਜੀ 23 ਤਰੀਕ ਹੋ ਗਈ ਅੱਜ 23 ਛੁੱਟੀਆਂ ਲੰਘ ਗਈਆਂ ਬੱਚਿਆਂ ਦੀਆਂ ਤੇ 7 ਛੁੱਟੀਆਂ ਰਹਿ ਗਈਆਂ ਓਏ ਮੈਨੂੰ ਐਸ ਜੇ ਹਾੜ ਵਾਲਾ ਝੋਨਾ ਲੱਗ ਜਾਂਦਾ ਤੇ ਸੋਣਾ ਝੋਨੇ ਚ ਪਾ ਜਾਂਦੀ ਦੁਬਾਰੇ ਪਾਤੀ ਹਾਂਜੀ ਉਹ ਇੱਥੇ ਗੱਲੀ ਲੱਗਿਆ ਪਿਆ ਕੋਈ ਕੰਮ ਧੰਦਾ ਵੀ ਦੇਖ ਲਿਆ ਕਰ ਉਹ ਕੰਮ ਧੰਦਾ ਦਾ ਕੁਝ ਨਹੀਂ ਭਾਈ ਯਾਰ ਮੈਂ ਕੱਲਾ ਲੱਸੀ ਅੰਦਰ ਚੱਕਣਾ ਹੀ ਪਿਆ ਪਾਣੀ ਪਾਇਆ ਪਿਆ ਰੋਟੀਆਂ ਪਾਈਆਂ ਪਈਆਂ ਮੈਂ ਤੂੰ ਚੱਲ ਕੇ ਲੰਬੜਦਾ ਰਹਿਣ ਕੋਲ ਉਹਨਾਂ ਬੰਦਿਆਂ ਕੋਲੇ ਤੇ ਮੈਂ ਤੇ ਪਿੱਛੇ ਆਉਣਾ ਤੈਨੂੰ ਬੰਟੂ ਮੇਰੀ ਗੱਲ ਸੁਣੋ ਭਾਈ 5 ਦਿਨ ਤੁਸੀਂ ਆਪਦਾ ਸਾਰ ਲਿਓ ਅਸੀਂ ਪਿੰਡ ਜਾਂਦੇ ਆ ਮਾਂ ਹੈਗੀ ਆ ਪਿੱਛੋਂ ਕੰਮ ਕਰਨ ਨੂੰ ਉਹ ਹੁਣ ਤਾਂ ਲੇਬਰ ਮਿਲੀ ਏ ਝੋਨਾ ਲਾਉਣਾ ਤੁਹਾਨੂੰ ਹੁਣੇ ਹੀ ਯਾਦ ਆ ਮਾਂ ਕੋਲ ਜਾਣ ਦਾ ਦੱਸ ਤੇ ਅਸੀਂ ਜਾਣਾ ਹੀ ਨਹੀਂ ਛੁੱਟੀਆਂ ਹੋਣਾ ਜਦੋਂ ਉਹ ਫਿਰ ਛੁੱਟੀਆਂ ਤੇ ਝੋਨਾ ਵੀ ਲਾਉਣਾ ਇਹ ਜ਼ਰੂਰੀ ਆ ਹੁਣ ਸੀਜ਼ਨ ਚੱਲੀ ਜਾਂਦਾ ਦੱਸ ਲੋ ਹੁਣ ਜਵਾਕ ਤਾਂ ਉੱਤੇ ਨੱਚੀ ਜਾਂਦੇ ਆ ਭੂਆ ਵੀ ਇਹਨਾਂ ਦੀ ਜਵਾਕਾਂ ਦੀ ਆਖੇ ਮੁੜ ਗਈ ਹੁਣ ਅਸੀਂ ਜਾਣਾ ਹੀ ਨਹੀਂ ਪਿੰਡ ਓਏ ਇਹ ਨਹੀਂ ਮੰਨਦੇ ਆਉਂਦੇ ਤੂੰ ਚੱਲ ਕਰੇ ਲੰਬੜਦਾਰ ਕੋਲ ਭਾਗ ਗਿਆ ਤੂੰ ਐ ਪੁੱਛਰੇ ਨਹੀਂ ਜਾਣਾ ਤੁਹਾਨੂੰ ਬੰਦਿਆਂ ਕੋ ਕਹਿਤਾ ਜਦੋਂ ਕੰਮ ਹੁੰਦਾ ਉਦੋਂ ਤੁਹਾਨੂੰ ਬਹਾਨੇ ਮਿਲ ਜਾਂਦੇ ਹੁੰਦੇ ਆ ਕੰਮ ਦਾ ਟੱਕਾ ਤੋੜ ਕੇ ਰਾਜੀ ਨਹੀਂ ਹੈਗੇ ਤੁਸੀਂ ਦੋਨੇ ਮੇਰੀ ਗੱਲ ਸੁਣੋ ਜੀ ਕੋਈ ਬਹਾਨੇ ਨਹੀਂ ਹੈਗੇ ਇਸ ਤਰ੍ਹਾਂ ਅੱਜ ਦੀ ਸਾਰੀ ਡਿਸਕਸ ਕਰ ਲਈ ਵੀਰੇ ਦਾ ਰਾਤ ਕੋਣ ਉਹ ਛੋਟੀ ਡਿਸਕਸ ਨਾਲ ਨਹੀਂ ਹੁੰਦਾ ਹੈਗਾ ਵੀਰੇ ਗਾਹ ਉਹ ਖੇਤੀ ਨਹੀਂ ਕਰਦੇ ਇੱਕ ਦੁਕਾਨ ਖੋਲੀ ਬੈਠੇ ਆ ਤੇ ਉਹਨਾਂ ਨੂੰ ਦੀਨਾ ਨਹੀਂ ਹੈਗਾ ਵੀ ਹੁਣ ਤਾਂ ਬਹਾਨ ਪਾ ਕੇ ਝੋਨਾ ਲਾਉਣ ਲੱਗਦੇ ਉਹ ਚਲੋ ਦੀਨਾ ਤੁਹਾਡੀ ਗੱਲ ਮੰਨ ਲਈ ਮੇਰੀ ਗੱਲ ਸੁਣੋ ਜੇ ਛੁੱਟੀਆਂ 'ਚ ਜਾਣੀਆਂ ਤਾਂ ਬੱਚਿਆਂ ਦਾ ਲੀੜਾ ਕੱਪੜਾ ਲੈ ਕੇ ਹੀ ਆਉਣੀਆਂ ਖਾਲੀ ਨਹੀਂ ਤੋਰਦੇ ਸਾਡੇ ਪੇਕੇ ਦਿਮਾਗ ਨਾ ਖਾਓ ਤੇ ਐ ਕਰੇ ਉਹ ਹੈਪੀ ਆਉਂਦਾ ਹੋਇਆ ਲੱਡੂ ਫੜ ਗਈ ਅੱਜ ਪਹਿਲੇ ਵਾਰ ਲੱਗਾਂਗੇ ਮੱਥਾ ਮੁੱਥਾ ਟੇਕ ਕੇ ਲੱਗਾਂਗੇ ਘਰੇ ਤਾਂ ਕਲੇਸ਼ ਪਹਿਲਾਂ ਪਾ ਲੈਂਦੇ ਚੰਗੇ ਕੰਮ ਨੂੰ ਨਾ ਦੰਦਾ ਧਰ ਲੈਂਦੇ ਜਦੋਂ ਕੋਈ ਚੱਜ ਦਾ ਕੰਮ ਕਰ ਰਿਹਾ ਹੈ ਜੀ ਕਰੇ ਕੰਮ ਕਰਨਾ ਆ ਜਿਹੜੇ ਹੱਥ ਤੁਹਾਡੇ ਮੂਰੇ ਕਿਤੇ ਨਹੀਂ ਜਾਣਾ ਹੈਗਾ ਕੋਈ ਖੇਤ ਨਾਲੇ ਚਾਹ ਖੇਤ ਆਉਣੀ ਚਾਹੀਦੀ ਸਾਡੀ ਆ ਤਾਂ ਲੈ ਚੱਲ ਮੈਂ ਲੈ ਗਿਆ ਇਹਨਾਂ ਦੇ ਅੰਦਰੋਂ ਪਾਣੀ ਮੇਰੀ ਗੱਲ ਸੁਣੋ ਜੀ ਉਹ ਤਾਂ ਨਾ ਉਹੀ ਲਾਲ ਰੱਤਾ ਹੋਇਆ ਰਹਿੰਦਾ ਤੂੰ ਸਮਝਾ ਦੀ ਮਾੜਾ ਜਾ ਓਏ ਕੋਈ ਨਾ ਤੂੰ ਚੁੱਪ ਕਰਕੇ ਬਾਈ ਜਦੋਂ ਜ਼ਰੂਰ ਹੁੰਦਾ ਉਹ ਵੀ ਗੱਲ ਸੀ ਮੀਤ ਨੂੰ ਮੈਂ ਕਹਿਣਾ ਹੁੰਦਾ ਮੈਂ ਕੱਲੀ ਕਹਿੰਦੀ ਦੀਦੀ ਆਪਾਂ ਹੁਣ ਕਹਿੰਦੀ ਇੱਕ ਘਰੇ ਤਾਂ ਜਾਣਾ ਦੋਨੋਂ ਇਕੱਠੇ ਹੀ ਜਾਵਾਂਗੇ ਓਏ ਉਹ ਕੰਮ ਦੀ ਵਾਲੀ ਖਿੱਚ ਕਰਦਾ ਤੁਹਾਨੂੰ ਪਤਾ ਤਾਂ ਹੈਗਾ ਚੱਲ ਕੋਈ ਨਾ ਤੁਸੀਂ ਚੱਲ ਕਰ ਬਾਗ ਜੋ ਤੁਸੀਂ ਸਾਰਾ ਕੰਮ ਨਿਬੇੜ ਕੇ ਜਾਇਓ ਜਿਹੜਾ ਮਾੜਾ ਮੋਟਾ ਚਾਹ ਪਾਣੀ ਇੱਥੇ ਕਰਕੇ ਬਾਗ ਜੋ ਤੇ ਪਕਾਈ ਜਾਈਏ ਪਿੱਛੋਂ ਨਾ ਫੋਨ ਜੇ ਨਾ ਖੜਕਾਈ ਚੱਲੋ ਮੀਤ ਨੇ ਤਾਂ ਜੇ ਆਪਾਂ ਜਾ ਵੜੀਆਂ ਭੈਣੇ ਪਿੱਛੋਂ ਫੋਨ ਹੀ ਕਰੀ ਜਾਣਗੇ ਵੀ ਸਾਡਾ ਆ ਕੰਮ ਕੋਈ ਨਾ ਚੰਗਾ ਚੰਗਾ ਮਤਲਬ ਚੰਗਾ ਵੀਰੇ ਦੀਦੀ ਤੇ ਹੁਣ ਆਪਾਂ ਤਾਂ ਰਾਤ ਹਾਂ ਕਰਤੀ ਤੇ ਵੀਰਾ ਤਾਂ ਜਿੱਡੀ ਕੋਗਾ ਵੀ ਇੰਨਾ ਨਹੀਂ ਕੋਈ ਨਾ ਮੈਂ ਇਹਨੂੰ ਬੱਤੀ ਨੂੰ ਪੈਣਾ ਉੱਥੇ ਖੇਤ ਪਹੁੰਚਣ ਦੇ ਮੈਂ ਇਹਨੂੰ ਫੋਨ ਵੀ ਲਾ ਲੂੰਗੀ ਉਹ ਤਾਂ ਚੱਲ ਠੀਕ ਹੈ ਤੇ ਤੂੰ ਚੱਲੇਂਗੇ ਨਾਲ ਫਿਰ ਆਪਾਂ ਦੋਨੋਂ ਮਾਂ ਆਪਾਂ ਨਾਲ ਚੱਲਾਂਗੇ ਮਾਂ ਹੈਗੀ ਆ ਘਰੇ ਕੰਮ ਕਰਨ ਨੂੰ ਚੱਲ ਕੋਈ ਨਹੀਂ ਫਿਰ ਮੈਂ ਕਰਦੀ ਆ ਸਾਰਾ ਸਮਾਨ ਤਾਂ ਬੈਗ 'ਚ ਪਾ ਲੈ ਮੇਰੀ ਗੱਲ ਸੁਣ ਮਾਂ ਦੇ ਮਾੜੇ ਗੋਡੇ ਦੁਖਦੇ ਆ ਉਹਨੂੰ ਕਹਿਣਾਗੇ ਮੰਮੀ ਬਣ ਕੇ 2 ਗੋਲੀਆਂ ਤੂੰ ਵੱਧ ਲੈ ਲਈ ਨਾ ਦੁਖਣਗੇ ਨਸ਼ੇ 'ਚ ਹੋ ਜੂਗੀ ਗੋਹੇ ਕੂੜੇ ਵਾਲੀ ਨੂੰ ਫੋਨ ਕਰਦੇ ਕਿ ਗੋਹਾ ਕੂੜਾ ਸੱਟ ਜੂ ਵੀ ਚੱਲ ਗੋਹੇ ਕੂੜੇ ਪਿੱਛੇ ਗਵਾਲਾ ਫਿਰ ਮਾਂ ਤਾਂ ਐ ਕਰੂ ਝਾੜੂ ਚੂ ਗੋਹੇ ਕੂੜੇ ਵਾਲੀ ਲਾ ਜੂ ਚੱਲ ਠੀਕ ਹੈ ਬਾਕੀ ਕੰਮ ਮਾਂ ਤਾਂ ਆਪੀ ਕਰੀ ਜਾਊਗੀ ਹਨਾ ਹਾਂ ਕੰਮ ਵੀ ਮਸਾ 4 ਛੁੱਟੀਆਂ ਮਸਾ ਖਾਣ ਨੂੰ ਆ ਰਹੇ ਪਿਆ ਤੇ ਬੱਚਿਆਂ ਦੇ ਕੱਪੜੇ ਮੈਂ ਪਾਉਣੀ ਹੈ ਚੰਗਾ ਤੂੰ ਤਾਂ ਪਾ ਲੈ ਹਨਾ ਪਾ ਲੈ ਤੇ ਮੇਰੀ ਗੱਲ ਸੁਣ ਆਧਾਰ ਕਾਰਡ ਲੈ ਕੇ ਜਾਣਾ ਕਿਹੜੀ ਤੇ ਆਧਾਰ ਕਾਰਡ ਵੀ ਨਾਲ ਹੀ ਚੱਕ ਲਾਂਗੇ ਜੇ ਆਧਾਰ ਕਾਰਡ ਵਾਲੀ ਮਿਲ ਗਈ ਤਾਂ ਉਸੇ ਤੇ ਚੜ ਜਾਾਂਗੇ ਨਹੀਂ ਫਿਰ ਹੁਣ ਲੰਘ ਜਾਾਂਗੇ ਚੱਲ ਫਿਰ ਆਧਾਰ ਕਾਰਡ ਚੱਕ ਲੈਣਾ ਉਹਦਾ ਪਤਾ ਨਹੀਂ ਕੀ ਚਾਹੁੰਦੇ ਤੇ ਕੋਲ 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 ਕਰੀ ਜਾਂਦੇ ਨੇ ਨਾਲ ਹੀ ਉਹ ਲੱਗੀਆਂ ਪਈਆਂ ਪਤਾ ਨਹੀਂ ਕੀ ਸਕੀਮਾਂ ਕਰੀ ਜਾਂਦੇ ਹੈਗੇ ਮੈਂ ਤਾਂ ਇਹ ਪੁੱਛਣਾ ਵੀ ਜਾਣਾ ਮੈਂ ਮੰਮੀ ਹਾਂ ਅੱਜ ਅਸੀਂ ਸਾਰਾ ਕੰਮ ਨਿਬੇੜਤਾ ਉਧਰ ਕੀ ਲੜੋ ਲੜਾਈਆਂ ਹੋਈ ਜਾਂਦੀਆਂ ਸੀ ਉਹਨਾਂ ਨੂੰ ਤਾਂ ਅਸੀਂ ਐਂ ਪੁੱਛਦੀਆਂ ਸੀ ਵੀ ਅਸੀਂ ਭਾਈ ਪਿੰਡ ਜਾਣਾ ਵੀ ਰਾਤ ਦੀਆਂ ਅਸੀਂ ਰਾਇ ਕਰੀ ਬੈਠੀਆਂ ਪਿੰਡ ਜਾਣਾ ਹੈ ਹੋਰ ਜੀ ਛੁੱਟੀਆਂ 7 ਹੀ ਰਹਿ ਗਈਆਂ ਕਿਹਦੇ ਨਾਲ ਰਾਇ ਕਰੀਏ ਰਾਤ ਤੁਸੀਂ ਕੰਨਿਆਂ ਨੇ ਦਬਾ ਕਰ ਲਈ ਹੋਵੇ ਰਾਇ ਅਸੀਂ ਹੈਪੀ ਨੂੰ ਤੇ ਉਹਨੂੰ ਬੰਟੂ ਨੂੰ ਪੁੱਛਿਆ ਸੀ ਕਿਸੇ ਦੀ ਹੋਰ ਕੀ ਰਾਇ ਲੈ ਲਿਆ ਕਰੋ ਰਾਇ ਕਰਨ ਬਹਿ ਜਾਣੀ ਹੋ ਮੇਰੀ ਗੱਲ ਸੁਣ ਹਾਂਜੀ ਤੁਸੀਂ ਹੁਣ ਮੈਨੂੰ ਤਾਂ ਤੇਰੇ ਮਾਮੇ ਦਾ ਫੋਨ ਆਇਆਗਾ ਅੱਛਾ ਜੀ ਤੇ ਉਹ ਕਹਿੰਦਾ ਵੀ ਕੁੜੀਆਂ ਨੇ ਜਾਣਾ ਤੂੰ ਮਿਲਣ ਆ ਜਾ ਤੇ ਮੈਨੂੰ ਤਾਂ ਫਿਰ ਤੁਸੀਂ ਤਾਂ ਛੁੱਟੀਆਂ ਦਾ ਬਹਾਨਾ ਲਾ ਲੈਂਦੇ ਹੋ ਤੇ ਫਿਰ ਮੈਂ ਦੱਸ ਹੁਣ ਕਿੱਧਰ ਜਾਵਾਂ ਉਹਦੇ ਦੇ ਕਹੀ ਜਾਂਦੇ ਖੜ ਜਾ ਤੁਸੀਂ ਉਹਦੇ ਦਾ ਕਿਉਂ ਨਾ ਪਿੰਡ ਗਈਆਂ ਬੱਚਾ ਹੁਣ ਪਹਿਲੇ ਦਿਨ ਚੌਲ ਲਾਉਣ ਲੱਗੇ ਨਾ ਪਹਿਲੇ ਦਿਨ ਹੀ ਤੁਸੀਂ ਕਲੇਸ ਪਾ ਲਿਆ ਤੇ 6 ਮਹੀਨਿਆਂ ਤੋਂ ਫਸਲ ਆਉਂਦੀ ਹੈ ਫਸਲ ਦਾ ਵੀ ਦੇਖ ਲਿਆ ਕਰੋ ਕੁਛ ਜਿੱਦੇ ਖੇਤ ਜਾਂਦੇ ਹੁੰਦੇ ਨਾ ਪਹਿਲੇ ਦਿਨ ਅਗਲਾ 100 ਸੌਣ ਵਿਚਾਰਦਾ ਹੁੰਦਾ ਤੇ ਤੁਸੀਂ ਤਾਂ ਲੜਾਈ ਪਾ ਲਈ ਅੱਜ ਫਿਰ ਅੱਜ ਤੁਹਾਡੇ ਪੇਕੇ ਜਾ ਲਾ ਗਏ ਪੇਕੇ ਤਾਂ ਹੁਣ 5 ਅਸੀਂ ਇੱਥੇ ਸੀ ਵੀ 4 ਦਿਨ ਹੀ ਲਾ ਕੇ ਆਉਣੇ ਆ ਛੁੱਟੀਆਂ ਤਾਂ 7-5 ਹਜ਼ਾਰ 4 ਦਿਨਾਂ 'ਚ ਨਾ 20 ਕਿੱਲੇ ਝੋਨੇ ਦੇ ਲੱਗ ਜਾਂਦੇ ਨਾ 4 ਦਿਨ ਕਹਤਾ ਝੋਨਾ ਤਾਂ ਛੱਡਿਆ ਹੁੰਦਾ ਸਾਰਾ ਲੱਗ ਜੂਗਾ ਫਿਰ 4 ਦਿਨ ਅਸੀਂ ਕਿਹੜਾ ਝੋਨਾ ਲਾਉਣਾ ਉਹ ਤਾਂ ਉਹਨਾਂ ਨੇ ਲਾਣਾ ਦਿਹਾੜੀਆਂ ਨੇ ਲਾ ਦੇਣਗੇ ਘਰੇ ਪਤਾ ਕਿੰਨਾ ਕੁਝ ਚਾਹੀਦਾ ਝੋਨਾ ਤੁਸੀਂ ਜਮਾ ਨਹੀਂ ਲਾਉਣਾ ਕੈਂਪਰਾਂ 'ਚ ਪਾਣੀ ਬਰਫ਼
ਅੱਛਾ ਜੇ ਦੁਪਹਿਰੇ ਰੋਟੀ ਥੋੜੀ ਰਹਿ ਗਈ ਅੱਜ ਨੀ ਪਤਾ ਉਹ ਰੋਟੀ ਨੂੰ ਕਹਿ ਦੇਣ ਵੀ ਰੋਟੀ ਮੈਂ ਤਾਂ ਗੋਡਿਆਂ ਨੇ ਗੋਲਗਾ ਲੈ ਕੇ ਖੜੀ ਹੁੰਦੀ ਰੋਟੀ ਕੌਣ ਥੱਪੂ ਮੈਂ ਤਾਂ ਹੁਣ ਉਹ ਜਮਾਨਾ ਗਿਆ ਵੀ ਪਹਿਲਾਂ ਕੈਂਪਰ ਆ ਜਾਂਦਾ ਸੀ ਕੋਈ ਗੱਲ ਨਾਲ ਉਹ ਜਮਾਨਾ ਗਿਆ ਸੀ ਰੋਟੀ ਟੋਕਾ ਸੀ ਵੀ ਕਰਦਿਆਂ ਅਗਲੇ ਰੋਜ਼ ਟਿਫਨ ਲੈ ਕੇ ਆਉਂਦੇ ਸਵੇਰ ਦੇ ਤੇ ਦੁਪਹਿਰ ਦੀ ਰੋਟੀ ਲੈ ਕੇ ਨਹੀਂ ਮਾਂ ਕਿਸੇ ਦੀ ਰੋਟੀ ਅਗਲਾ ਪਸੰਦ ਕਰੇ ਆਪੇ ਘਰੇ ਦੀ ਹੈਪੀ ਮੇਰਾ ਕਹਿੰਦਾ ਚਾਹ ਮੈਂ ਆਪੇ ਬਣਾ ਕੇ ਲੈ ਜੂ ਸਾਡੀ ਗੱਲ ਸਾਰੀ ਹੋ ਗਈ ਹੈਪੀ ਤਾਂ ਤੁਹਾਡੇ ਕੋਲ ਲਿਪ ਲਿਪ ਕਰੀ ਜਾਂਦਾ ਤੇ ਤੁਸੀਂ ਰਹਿ ਲਓ 1 2 ਦੀ ਮੈਂ ਨਹੀਂ ਕਹਿ ਸਕਦੀ ਭਾਈ ਜਾਣ ਨੂੰ ਮੈਥੋਂ ਕੰਮ ਨਹੀਂ ਹੁੰਦਾ ਫਿਰ ਮੇਰੀ ਗੱਲ ਸੁਣ ਮਾਂ ਜਿਹੜੇ ਤੂੰ 2 ਦਿਨ ਜਾਣਿਆ ਜਦੋਂ ਅਸੀਂ ਆ ਗਏ ਉਹ 2 ਦਿਨ ਤੂੰ ਲਾਏ ਪਿੰਡ ਭਾਈ ਨਾ ਪਹਿਲਾਂ ਮੈਨੂੰ ਹੀ ਜਾਣਾ ਪਊਗਾ ਮੇਰੀਆਂ ਤਾਂ ਭਤੀਜੀਆਂ ਮੁੜ ਜਾਣਗੀਆਂ ਆ ਕੇ ਮੰਮੀ ਪਿਛਲੀਆਂ 2 ਛੁੱਟੀਆਂ ਰਹਿ ਜਾਣਗੀਆਂ ਉਦੋਂ ਜਾ ਵੜਿਓ ਤੁਸੀਂ ਲੈ ਅਗਲੇ ਦੀ ਮਜਬੂਰੀ ਹੋਵੇ ਉਹ ਪਹਿਲਾਂ ਮੁੜ ਜਾਣਗੀਆਂ ਤੇ ਤੁਸੀਂ ਪਿੱਛੋਂ ਜਾ ਵੜਿਓ ਪਿੱਛੋਂ ਕਿਹੜਾ ਛੁੱਟੀਆਂ ਨਹੀਂ ਮਿਲਣਗੀਆਂ ਪਿੱਛੋਂ ਰੋਂਦੇ ਦਾ ਜਵਾਬ ਆ ਵੀ ਅਸੀਂ ਨਾਨਕੀ ਜਾਣਾ ਪਹਿਲਾਂ ਭੈਣ ਵਰਗੀਆਂ ਆ ਗਈਆਂ ਸਾਡਾ ਤਾਂ ਨਹੀਂ ਟਾਈਮ ਲੱਗਿਆ ਇੰਨੇ ਦਿਨਾਂ ਦਾ ਹੁਣ ਉਧਰ ਤਾਂ ਤੌਲ ਲਾਉਣ ਲੱਗ ਗਏ ਉਧਰੋਂ ਜਵਾਕਾਂ ਦੀ ਛੁੱਟੀਆਂ ਪੂਰੀਆਂ ਹੋਣ ਉਧਰੋਂ ਤੁਸੀਂ ਦੁੰਦੜ ਕੇ ਚੱਕ ਲਿਆ ਨਾਲੇ ਤੁਸੀਂ ਇੱਕ ਜਾਣੀ ਵਗ ਲੋ ਮਾਂ ਮੇਰੀ ਗੱਲ ਸੁਣ ਫਿਰ ਮੈਂ ਤਾਂ ਜ਼ਰੂਰ ਜਾਊਂਗੀ ਦੀਦੀ ਨੇ ਰਹਿਣਾ ਹੁਣ ਤਾਂ ਇਹ ਰਹਿਕੂ ਕਿਉਂਕਿ ਮੈਥੋਂ ਦਿਹਾੜੀਆਂ ਦੇ ਰੋਟੀਆਂ ਪਕਾ ਪਾ ਨਾ ਮੈਂ ਤਾਂ ਥੱਕੀ ਪਈ ਹਾਂ ਸੇਕ ਬੜਾ ਜ਼ਿਆਦਾ ਲੱਗਦਾ ਉੱਥੇ ਤੁਸੀਂ ਤਾਂ ਨਾ ਮੁੰਡਿਆਂ ਦੇ ਆਖੇ ਨਹੀਂ ਲੱਗਦੀਆਂ ਉਹਨਾਂ ਨੂੰ ਤਾਂ ਤੁਸੀਂ ਟੁੱਕ ਤੇ ਡੇਲਾ ਸਮਝਦੇ ਹੋ ਤੁਸੀਂ ਕਰਦੇ ਹੋ ਆਪਦੀ ਮਰਜ਼ੀ ਤਾਂ ਮੈਂ ਤੁਸੀਂ ਛੇਤਰ ਖਾਣੀ ਹੋ ਮੇਰੀ ਗੱਲ ਸੁਣ ਮੀਤ ਆਪਾਂ ਜਾ ਵੜਦੀਆਂ ਫਿਰ ਰੋਟੀ ਪਕਵਾ ਲੈਣਗੇ ਕਿਸੇ ਤੋਂ ਵੀ ਫਿਰ ਤੂੰ ਨਾਲ ਹੀ ਚੱਲੇਂਗੀ ਹੋਰ ਨਾਲ ਹੀ ਚੱਲ ਵੜਦੀ ਮੈਂ ਤਾਂ ਫਿਰ ਅਸ ਤਾਂ ਇਕੱਠੇ ਹੀ ਜਾਵਾਂਗੇ ਨਾਲੇ ਮੈਂ ਇਕੱਲੀ ਤਾਂ ਬੱਸ ਨਹੀਂ ਚੜੀ ਕਦੇ ਹੋਟਲ ਪੁੱਛ ਲਓ ਭਾਈ ਕੋਈ ਉਹਨਾਂ ਨੂੰ ਕਹਿ ਕੇ ਜਾਓ ਆਪਦੇ ਖਸਮਾਂ ਨੂੰ ਮਾਂ ਨੂੰ ਨਾ ਕਹੀ ਜਾਓ ਮਾਂ ਤਾਂ ਉਹਦੇ ਪੱਖ ਦੇ ਨਹੀਂ ਬਸ ਕੋਈ ਨਹੀਂ ਹੈਪੀ ਵੀਰ ਆਪੇ ਮੈਨੇਜ ਕਰ ਲੂ ਵੰਟੂ ਨੂੰ ਸਮਝਾ ਲੂਗਾ ਚੱਲ ਵਗ ਜਾ ਮੁੜ ਕੇ ਆ ਕੇ ਵੰਟੂ ਮੈਨੂੰ ਜਿਹੜਾ ਕੁਝ ਬੋਲੂਗਾ ਆਪਾਂ ਕਿਹੜਾ ਰੋਕਦੇ ਆ ਜਦੋਂ ਮਾਤਾ ਨੇ ਜਾਣਾ ਹੋਏ ਨਾਲ ਭੌਂਦੀ ਬਾਪੂ ਜੀ ਨੂੰ ਲੈ ਜੇ ਹੋਰ ਮਾਤਾ ਤੂੰ ਹੀ ਕਰੀ ਜਾਂਦੀ ਆ ਸੀ ਜੇ ਤੁਹਾਨੂੰ ਨਹੀਂ ਰੋਕਦੇ ਤੇ ਸਾਨੂੰ ਨਾ ਰੋਕੋ ਕੋਈ ਨਹੀਂ ਬਾਪੂ ਜੀ ਦੇ ਰੋਟੀਆਂ ਦਾ ਨਸਾਂਸਾ ਕਰੋ ਬਾਪੂ ਜੀ ਨੂੰ ਤਾਂ ਮੈਂ ਨਾਲ ਲੈ ਜੂੰਗੀ ਉਹਦਾ ਨਸਾਂਸਾ ਕਰੋ ਚਲ ਮੀਂਹ ਤਾਂ ਪੱਗ ਕੇ ਕੱਪੜੇ ਚਲ ਠੀਕ ਆ ਅਸਤ ਜਾਣੇ ਆ ਮਾਂ ਤੇ ਮੈਂ ਵੀ ਜਾਣੀ ਆ ਬਸ ਬਾਪੂ ਜੀ ਨੂੰ ਆ ਜਾਂਦੇ ਬਸ ਬਾਹਰ ਮੈਂ ਤੋਂ ਰਹਾ ਜਦੋਂ ਇਹ ਹਿੰਡ ਕੱਟਦਾ ਹਰੇ ਕਰਦੀ ਬੋਲਦੀ ਆਖੇ ਤੋਂ ਵੀ ਨਹੀਂ ਸੁਧਰਦੀਆਂ ਅਸਮੇ ਤਾਂ ਸਾਡੇ ਮੁੰਡੇ ਹੀ ਲਿਪ ਲਿਪ ਕਰੀ ਜਾਂਦੇ ਇਹਨਾਂ ਨੇ ਚਮੜਾ ਵਾਲੀਆਂ ਰੱਖੀਆਂ ਹੈਪੀ ਤਾਂ ਜਮੇ ਹੀ ਨਹੀਂ ਕੁਛ ਕਹਿੰਦਾ ਹਜੇ ਬੰਟੂ ਤਾਂ ਫੇਰ ਕਦੇ ਨਾ ਕਦੇ ਕਹਿ ਜਾਂਦਾ ਉਹ ਤਾਂ ਆਇਆ ਵੀ ਬਸ ਮੇਰੀ ਮਾਂ ਹੀ ਕਰੀ ਜਾਵੇ ਸਾਰਾ ਕੰਮ ਖੇਤ ਰੋਟੀਆਂ ਸਾਰੀਆਂ ਫੁੱਟ ਗਈਆਂ ਨਾਲੇ ਤੁਹਾਨੂੰ ਚੰਗਾ ਭਲਾ ਪਤਾ ਹੈ ਤੁਸੀਂ ਬੰਟੂ ਤੇ ਹੈਪੀ ਨੂੰ ਕਿਹਾ ਤਾਂ ਸੀ ਵੀ ਭਾਈ ਅਸੀਂ ਰੋਟੀਆਂ ਨਹੀਂ ਦਿੰਦੇ ਲੈ ਹੁਣ ਕੰਮ ਵਿਚਾਰੇ ਛੱਡਦੇ ਰੋਟੀਆਂ ਨਹੀਂ ਦਿੰਦੇ ਮਾਂ ਹੁਣ ਅਸੀਂ ਤੁਰਨਾ ਵੀ ਆ ਇਹਨਾਂ ਦੇ ਰੋਟੀਆਂ ਕੋਈ ਗੱਲ ਨਹੀਂ ਹੈ ਲਿਆਂਦੇ ਹੁੰਦੇ ਪੈਕ ਸਾਨੂੰ ਇਹੀ ਗੱਲ ਹੈ ਕਿ ਭੇਜੇ ਜੇ ਅਸੀਂ ਰੋਟੀ ਭੇਜਾਂਗੇ ਤੇਰਾ ਤਾਂ ਮੈਨੂੰ ਨਾ ਪਹਿਲੇ ਹੀ ਪਤਾ ਹੈ ਪਿੱਲੀ ਡਿਕਰੀ ਦਾ ਵੀ ਤੂੰ ਕਿਹੜੇ ਫੁਲਕੇ ਥੱਪੇਂਗੀ ਮਾਂ ਮੈਥੋਂ ਨਹੀਂ ਪੱਕਦੀਆਂ ਫਿਰ ਗਰਮੀ 'ਚ ਰੋਟੀਆਂ ਇਹਨੂੰ ਪੁੱਛ ਲੈ ਜੇ ਪਕਾਉਂਦੀਆਂ ਮੈਂ ਤਾਂ ਜਾਣਾ ਪੈਣਾ ਵੀਰੋ ਤੁਹਾਡੇ ਨਾਲ ਝੋਨੇ ਲਾਉਣ ਵੇਲੇ ਆਹੀ ਗੱਲ ਹੋਈ ਆ ਵੀ ਭਾਈ ਰੋਟੀ ਤੁਸੀਂ ਆਪਦੀ ਘਰੋਂ ਲੈ ਕੇ ਆਉਣੀ ਆ ਵੀ ਸਾਥ ਨਹੀਂ 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 ਗੱਲ ਨਹੀਂ ਹੋਈ ਤੁਸੀਂ ਇਹ ਸਾਨੂੰ ਇਹ ਗੱਲ ਕਹੀ ਕਿ ਕਿਹਾ ਗਿਆ ਕਿ ਤੁਸੀਂ ਰੋਟੀ ਭੇਜਿਆ ਅਸੀਂ ਦੇਵਾਂਗੇ ਰੋਟੀ ਨਵੀਂ ਤੇ ਆਪਣਾ ਤਾਂ ਪੀਕੀ ਜਾਣਾ ਫੇਰ ਮੈਂਸਰ ਹੋ ਗਿਆ ਇਹੋ ਜਿਹਾ ਬੱਟ ਵੀਜਦੇ ਆ ਆ ਜਾਂਦੇ ਹੈਪੀ ਨੂੰ ਮੈਂ ਲਾਉਣੀ ਆ ਫੋਨ ਚੱਲ ਖੜ ਜਾ ਦੀਦੀ ਮਾਂ ਤੂੰ ਕੀ ਕਰਦੀ ਦੂਪ ਕਾਣਾ ਨਾ ਰੋਟੀਆਂ ਉਰੇ ਮੈਂ ਗੋਲੀਆਂ ਲੈ ਖੜੀਆਂ ਗੋਡੇ ਦੁਖੀ ਜਾਂਦੇ ਆ ਮੇਰੇ ਇੱਕ ਦਿਨ ਨਾ ਕੀ ਹੁੰਦਾ ਖੜ ਕੇ ਪਕਾਉਣਾ ਤੁਸੀਂ ਤਾਂ ਫਿਰ ਸੁਣਦਾ ਰੋਜ਼ ਦਾ ਸਵਾ ਪੈ ਜੂ ਤੁਹਾਡੇ ਨਹੀਂ ਪੇਕੇ ਲੋਕ ਆਉਂਦੇ ਬਾਪੂ ਆ ਗਿਆ ਬੋਲ ਮਾਰੀ ਜਾਂਦਾ ਬਾਪੂ ਜੀ ਨੂੰ ਨਾਲ ਕਰਦੀਆਂ ਗੱਲ ਹੈਲੋ ਹਾਂ ਫਿਰ ਹੁਣ ਜਿਹੜੇ ਇਹ ਘਰੀ ਆ ਗਏ ਸੀ ਨਾ ਰੋਟੀ ਦੇ ਦਿੰਦੀਆਂ ਲੈ ਵੀ ਪਕਾਈ ਨਹੀਂ ਪਰ ਤੁਹਾਨੂੰ ਹੁਣ ਜਦੋਂ ਘਰੇ ਆ ਗਿਆ ਬੰਦਾ ਉਹ ਫਿਰ ਕੰਮ ਨਹੀਂ ਕਰਨਾ ਉਹਨਾਂ ਨੇ ਖੇਤ ਬਾਈ ਗਾਲਾਂ ਦੇਈ ਜਾਂਦਾ ਉਹ ਨਾਲੇ ਉੱਥੇ ਤੁਹਾਡਾ ਤਾਂ ਜਮਾਂ ਸਰਿਆ ਪਿਆ ਹੈ ਅੱਛਾ ਮਾਂ ਇਕੱਲੀ ਆ ਘਰੇ ਤੁਸੀਂ ਹੋ ਗਈਆਂ ਤਿਆਰ ਹੁਣ ਤੁਸੀਂ ਆਪਦੀ ਆਵਾਜ਼ ਤੋਂ ਹਟਦੀਆਂ ਨਹੀਂ ਤੁਸੀਂ ਤਾਂ ਜਾ ਕੀ ਹਟੋਗੇ ਤੁਸੀਂ ਤਾਂ ਨਾਲੇ ਤਾਂ ਮੈਨੂੰ ਗਾਲਾਂ ਦਵਾਓਗੇ ਨਾਲੇ ਆਪ ਗਾਲਾਂ ਲੈਣੀਆਂ ਬਾਈ ਗਾਲਾਂ ਪੂਰੀਆਂ ਦੇਊਗਾ ਉਹ ਤਾਂ ਬਿੰਦਕ ਪਿੱਛੋਂ ਕਹਿ ਨਹੀਂ ਮਾਨਸਾ ਬਾਈ ਚੱਲੀ ਫਲਾਨਾ ਆਈ ਹੈ ਵੀ ਦੱਸ ਫਿਰ ਪੈਸੇ ਕਿੱਥੋਂ ਆਉਣਗੇ ਜੇ ਹੁਣ ਝੋਨਾ ਲਾਵਾਂਗੇ ਇਹ ਝੋਨਾ ਸਿੱਟਾਂਗੇ ਸੇਠਾਂ ਦੇ ਫੇਰ ਹੀ ਪੈਸਾ ਦੇਊ ਸੇਠ ਬਿਨਾਂ ਫਸਲ ਤੋਂ ਤਾਂ ਪੈਸੇ ਵੀ ਨਹੀਂ ਦਿੰਦਾ ਕੋਈ ਤੁਹਾਡਾ ਸਰਿਆ ਪਿਆ ਬਸ ਤੁਸੀਂ ਨਹੀਂ ਹਟਦੀਆਂ ਵੀ ਦੱਸ ਫਿਰ ਹੋਰ ਖੇਤੀਆਂ ਦੇ ਇਹੀ ਕੰਮ ਹੁੰਦੇ ਆ ਜੇ ਇੰਨੀ ਚਾਹ ਸੀ ਤੁਹਾਨੂੰ ਜਾਣ ਦਾ ਪੇਕੀ ਫਿਰ ਤੁਹਾਡੇ ਮੁਲਾਜ਼ਮ ਨਾਲ ਵਿਆਹ ਹੁੰਦਾ ਤੁਹਾਨੂੰ ਚੰਗਾ ਪਾ ਗਿਆ ਕੱਟ ਦੇ ਇਹ ਤਾਂ ਇਹੀ ਹੈ ਯਾਰ ਇਹ ਇਹਨਾਂ ਦਾ ਸਰਿਆ ਪਿਆ ਇਹਨਾਂ ਗਿੱਚੀ ਪਿੱਛੇ ਮੱਤ ਹੁੰਦੀ ਇਹਨਾਂ ਨੂੰ ਇੰਨੀ ਕਿੱਥੇ ਅਕਲ ਹੈ
ਵੀ 20 ਛੁੱਟੀਆਂ ਨਗਾਤੇ ਤੁਸੀਂ ਜਿਵੇਂ ਜਿੱਦਾਂ ਝੋਨਾ ਲਾਉਣ ਲੱਗ ਗਿਆ ਹੁਣ ਪੇਕੇ ਜ਼ਿਆਦਾ ਗਏ ਇਹਨਾਂ ਦੇ ਲੈ ਲਈ ਯਾਰ ਹਜੇ ਬਾਈ ਬੜਬੜ ਕਰੂਗਾ ਚੱਲ ਪੁੱਤਾਂ ਜਾ ਕੇ ਬਾਈ ਨੂੰ ਕੀ ਕਹਾਣੀ ਹੈ ਬਾਈ ਯਾਰ ਹਾਂ ਉਹ ਮੁੰਡੇ ਭੇਜਣਗੇ ਤੂੰ ਫੱਕ ਵਾਲੇ ਘਰੇ ਉਹ ਭੇਜੇ ਸੀ ਯਾਰ ਉਹਨਾਂ ਨੂੰ ਮੈਂ ਕਿਹਾ ਸੀ ਭਾਈ ਡੇਕ ਨਾਲ ਟੰਗ ਦੋ ਰੋਟੀਆਂ ਥੱਲੇ ਰੱਖਤਾ ਝੋਲਾ ਕੁੱਤਾ ਚੱਕ ਕੇ ਲੈ ਗਿਆ ਕਹਿੰਦੇ ਬਾਈ ਘਰੇ ਜਾਂਦੇ ਮੈਂ ਕਿਹਾ ਯਾਰ ਤੁਸੀਂ ਆਪਦੇ ਘਰੇ ਕਿੱਥੇ ਹੋਗੇ ਆਪਣੇ ਵਾਲੇ ਘਰੋਂ ਫੜ ਲਿਓ ਰੋਟੀਆਂ ਉਹ ਆਪਣੇ ਘਰੋਂ ਕਿਹੜਾ ਤੁਹਾਨੂੰ ਕੋਈ ਫੁਲਕੇ ਦਊਗਾ ਉਹ ਤਾਂ ਤਿਆਰ ਹੋਈਆਂ ਬੈਠੀਆਂ ਪੇਕੀ ਜਾਣ ਨੂੰ ਫਿਰਦੀਆਂ ਹੈ ਫਿਰ ਲੈ ਮੈਂ ਸਵੇਰੇ ਕਹਿ ਕੇ ਆਇਆ ਯਾਰ ਵੀ ਉਹਨਾਂ ਕੰਮ ਨੇ ਖੇਤ ਬੇਲੀਆਂ ਬੈਠੀਆਂ ਰਹੀਆਂ ਪਹਿਲਾਂ ਵਗ ਜਾਂਦੀਆਂ ਹੁਣ ਉਹਨਾਂ ਨੂੰ ਪੇਕੇ ਜਾਣਾ ਯਾਦ ਆ ਗਿਆ ਮੇਰੀ ਗੱਲ ਸੁਣ ਦੋਨਾਂ ਨੂੰ ਖਿੱਚ ਕੇ ਇੱਥੇ ਲੈ ਸਾਰੀ ਫੱਕ ਇਹਨਾਂ ਤੋਂ ਪਟਾਵਾਂਗੇ ਇਹ ਵੀ ਕੀ ਯਾਦ ਰੱਖਣਗੀਆਂ ਉਹ ਰੋਣ ਉਹ ਘਰੇ ਵਗ ਗਏ ਹੋਣਗੇ ਰੋਟੀ ਖਾਣ ਉਹ 2 ਘੰਟੇ ਹੁਣ ਮੁੜਦੇ ਨਹੀਂ ਉਹ ਉਹਨਾਂ ਨੇ ਗਰਮੀ ਵਾਲੀ ਆ ਉਹ ਤਾਂ ਪਹਿਲਾਂ ਹੀ ਬਾਨੇ ਜੇ ਲਾਈ ਜਾਂਦੇ ਬਈ ਅੱਜ ਦਾ ਦਿਨ ਮੈਨੂੰ ਆਏ ਸੀ ਚੱਲ ਅੱਜ ਦਾ ਦਿਨ ਵੀ ਫੱਕ ਪੱਟਣ ਲੱਗੇ ਨੇ ਕੱਲ ਨੂੰ ਲਾ ਲਾਂਗੇ ਉਹਨਾਂ ਨੂੰ ਹੁਣ ਬਹਾਨਾ ਮਿਲ ਗਿਆ ਵੀ ਰੋਟੀ ਨਹੀਂ ਮਿਲੀ ਤਾਂ ਘਰੇ ਵਗ ਗਏ ਹੁਣ ਅਗਲਾ ਆਵੇ ਨਾ ਆਵੇ ਇਹ ਬੁੜੀਆਂ ਨੂੰ ਜਮਾ ਅਕਲ ਨਹੀਂ ਹੈਗੀ ਯਾਰ ਕੀ ਦੱਸ ਇਹਨਾਂ ਦਾ ਕਰੀਏ ਯਾਰ ਉਹ ਪੁੱਛਣਾ ਯਾਰ ਬਾਲੇ ਇਹਨਾਂ ਦਾ ਤਪਾ ਤੇ ਲੱਗ ਕਿੱਡੀ ਗੱਲ ਸੀ ਇਹ 4 ਰੋਟੀਆਂ ਦੀ ਉਹਦੇ ਮਾਂ ਹੁਣ ਬੜਬੜ ਕਰੀ ਜਾਂਦੀ ਉਹ ਵੀ ਇਕੱਲੀ ਮਾਂ ਦੱਸ ਗਿਆ ਇਹਨਾਂ ਕੰਮ ਕਿਵੇਂ ਕਰੂ ਯਾਰ ਮਾਂ ਨੂੰ ਕਿਉਂ ਕਹਿ ਦਈਏ ਜਦੋਂ ਚੰਗੀਆਂ ਬਣੀਆਂ ਕੰਮ ਕਰਨ ਵਾਲੀਆਂ ਕੀ ਹੁਣ ਤੁਰ ਵੀ ਗਈਆਂ ਇਹ ਤੁਰ ਗਏ ਤਿਆਰ ਹੋ ਗਏ ਬੇਟੇ ਤਾਂ ਕਹਿੰਦੇ ਬੱਸ ਚੜਦੀਆਂ ਉਹਨਾਂ ਨੂੰ ਫੋਨ ਲਾ ਕਹਿੰਦੇ ਕੋਈ ਲੋੜ ਨਹੀਂ ਹੈਗੀ ਬੱਸ ਜਾਣ ਦੀ ਬਾਲੀਆਂ ਚਾਂਬਲੀਆਂ ਫਿਰਦੀਆਂ ਨੇ ਤੜਕੇ ਦੇ ਉੱਤੇ ਖੇਤ ਲਿਆਵਾਂਗੇ ਇਹਨਾਂ ਨੂੰ ਪਤਾ ਲੱਗ ਜੂਗਾ ਅਕਲ ਆ ਜੂਗੀ ਇਹਨੂੰ 4 ਦਿਨਾਂ ਚ ਨਾਲੇ ਦੱਸਿਆ ਤਾਂ ਹੁਣ ਬਾਈ ਯਾਰ ਮੈਂ ਤੁਹਾਨੂੰ ਕਹੀ ਤਾਂ ਇਹਨਾਂ ਨੂੰ ਪੁੱਛਣਾ ਕਹਿੰਦੇ ਐਂ ਫਲਾਣ ਮੈਂ ਕਿਹਾ ਤਾਂ ਬਥੇਰਾ ਕੁਛ ਮੈਂ ਹਜੇ ਇੰਨੇ ਤੁਸੀਂ ਖੇਤੀਆਂ ਤਾਂ ਇਹੋ ਜਿਹੇ ਕੰਮ ਹੀ ਹੁੰਦਾ ਹੈ ਬੇਟਾ ਤੁਹਾਡਾ ਪਿਓ ਮਾਂ ਮਲਾਜ ਉਹਨਾਂ ਵਿਆਹ ਦਾ ਤੁਹਾਨੂੰ ਤੁਸੀਂ ਕੰਮ ਹੀ ਨਹੀਂ ਕਰਨਾ ਉਹੀ ਗੱਲ ਹੈ ਸਾਡੇ ਤਾਂ ਇਹੋ ਜਿਹੀ ਕੰਮ ਹੈ ਤਾਂ ਐਂ ਨਹੀਂ ਪਤਾ ਆਪਣਾ ਤਾਂ ਅੱਧੀ ਰਾਤ ਨੂੰ ਤੱਕ ਕੰਮ ਹੋਏ ਇਧਰੋਂ ਆਏ ਕੰਮ ਹੋਏ ਯਾਰ ਇੱਕ ਘਰੋਂ 2 ਲਿਆਂਦੀਆਂ ਦੱਸ ਇੱਕ ਆ ਦੋਨਾਂ ਦਾ ਅੱਡ ਅੱਡ ਲਿਆਂਦੀਆਂ ਹੁੰਦੀਆਂ ਨਾ ਪੇਕੇ ਇੱਕ ਥਾਂ ਤੇ ਹੁੰਦੇ ਜਦੋਂ ਇੱਕ ਦੂ ਭੇਜਦੇ ਨੇ ਹੁਣ ਜਦੋਂ ਜੀ ਕਰਦਾ ਇਕੱਠੀਆਂ ਤਿਆਰ ਹੋ ਜਾਂਦੀਆਂ ਦੋਨੇ ਤਾਂ ਹੋਰ ਸਿਆਪਾ ਹੋ ਗਿਆ ਉਦੋਂ ਜਾਣ ਨੂੰ ਲਹੂ ਪੀ ਲੈ ਇੱਕ ਘਰੋਂ ਲੈ ਲਓ ਫਲਾਨਾ ਲੈ ਲਓ ਧੌਂਕਾ ਲੈ ਲਓ ਐਵੇਂ ਫਿਰ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਹੁਣ ਤੂੰ ਕੀ ਕਰਦਾ ਮੈਂ ਤਾਂ ਕੁਛ ਨਹੀਂ ਕਰਦਾ ਹੁਣ ਮੈਂ ਫਿਰ ਉਹਨਾਂ ਦਾ ਪਤਾ ਲਿਆਉਣਾ ਜਾ ਤੂੰ ਗੇੜਾ ਮਾਰਿਆ ਘਰੇ ਜਾ ਆ ਉਹਨਾਂ ਦੇ ਬੁਲਾ ਲਿਆ ਹੋਰ ਹੁਣ ਨਹੀਂ ਉਹ ਨਹੀਂ ਆਉਂਦੇ ਆਉਂਦੇ ਮੈਨੂੰ ਲੱਗਦਾ ਚੱਲ ਜਾ ਜਾ ਘਰੇ ਵਗ ਜਾ ਜਾਨਾ ਯਾਰ ਇਹਨਾਂ ਨੇ ਲੈ ਲਏ ਆ ਜਮਾ ਇਹਨਾਂ ਨੇ ਜਮਾ ਹੀ ਸ਼ਰਮ ਲਾ ਰੱਖੀ ਹੈ ਦੱਸ ਮੈਂ ਕੁਛ ਕਹੀ ਆ ਨਾ ਇਹ ਆਪਦਾ ਘੋੜਾ ਭਜਾਈ ਜਾਂਦੀਆਂ ਨੇ ਗੱਲ ਨਹੀਂ ਬਾਤ ਨਹੀਂ ਮੈਂ ਕਹਿਣਾ ਕਾਹਨੂੰ ਕੁਛ ਕਹਿਣਾ ਕਾਹਨੂੰ ਕੁਛ ਕਹਿਣਾ ਪਰ ਇਹ ਆਪਦੇ ਲਈ ਕਰਾ ਕੇ ਹਟਣਗੀਆਂ ਕਿੱਥੇ ਜਾਂਦੀ ਆ ਹੈਪੀ ਨੇ ਦੱਸਿਆ ਮੈਨੂੰ ਦੋਨੇ ਤਿਆਰ ਹੋਈਆਂ ਬੈਠੀਆਂ ਘਰੋਂ ਜੇ ਪੈਰ ਪੱਟ ਲੈ ਨਾ ਸਾਵਲ ਵਾਲੀ ਮੈਥੋਂ ਬੁਰਾ ਕੋਈ ਨਹੀਂ ਹੋਣਾ ਹੈਗਾ ਅੱਡੇ ਟੋਕੜੀ ਸਕੇਲ ਲਿਆਊਂਗਾ ਸਾਵਲ ਵਾਲਾ ਆਪਦਾ ਹਾਂ ਬਜਟ ਨਿਚਲੀ ਬਸ ਤੈਨੂੰ ਕਹਿਤਾ ਮੈਂ ਬਾਲਾ ਨਾ ਬੋਲ ਮੈਨੂੰ ਠੀਕ ਹੈ ਕੋਈ ਨਾ ਨਹੀਂ ਵਰਤਦੇ ਨਾ ਵਰਤਣ ਫਿਰ ਬਸ ਤੈਨੂੰ ਮੈਂ ਕਹਿਤਾ ਘਰੋਂ ਪੈਰ ਨਾ ਪੱਟ ਜੀ ਕੰਮ ਦੇ ਟਾਈਮ ਤੁਹਾਨੂੰ ਪੇਕੇ ਯਾਦ ਆ ਜਾਂਦੇ ਆ ਵਿਹਲੀਆਂ ਬੈਠੀਆਂ ਰਹੀ ਨਹੀਂ ਉਦੋਂ ਵਗ ਜਾ ਕਰੋ ਹੁਣ ਦੇਖਦਾ ਕਿਵੇਂ ਜਾਂਦੀਆਂ ਲਹੂ ਪੀ ਲਿਆ ਇਹਨਾਂ ਨੇ ਕਿਹਦੇ ਪਰਦਾ ਹੋਏ ਮੈਂ ਤਾਂ ਸਾਡੇ ਯਾਰ ਫੱਕ ਜੀ ਵਟਾਈ ਜਾਂਦਾ ਸੀ ਮੁੰਡਿਆਂ ਤੋਂ ਵਿਹੜਿਆਂ ਤੋਂ ਲੇਬਰ ਤੋਂ ਉਹ ਤਿੰਨ ਜਾਣੇ ਸੀ ਨਾ ਪਤਾ ਲੈ ਕੇ ਆਉਣਾ ਯਾਰ ਉਹ ਆਈ ਨਹੀਂ ਵਰਗੇ ਹੈ ਬੂਰੇ ਵਰਗੇ ਹਾਂ ਉਹ ਨਹੀਂ ਤੇਰੇ ਆਉਂਦੇ ਕਿਉਂ ਓਏ ਤੁਸੀਂ ਸ਼ਰਮ ਨਾ ਰੱਖੇ ਤੈਨੂੰ ਮੈਂ ਕੀ ਕਹਾਂ ਯਾਰ ਤੁਸੀਂ ਜ਼ਿਮੀਦਾਰ ਬੰਦੇ ਹੋ ਤੁਸੀਂ ਰੋਟੀ ਨਹੀਂ ਦਿੱਤੀ ਸੁਣੋ ਉਹ ਰੋਟੀ ਦਾ ਭਰਾਵਾ ਹੁਣ ਕੀ ਕਰੀਏ ਉਹਨਾਂ ਮੇਰੀ ਫਿਰ ਕੰਮ ਤੁਹਾਨੂੰ ਕਿਉਂ ਆਉਂਦੀ ਵਾਲਾ ਕਿਉਂ ਉਹੀ ਇਹ ਬੰਦਾ ਢਿੱਡ ਦਾ ਮਰਦਾ ਫਿਰਦਾ ਉਹ ਤੁਸੀਂ ਦੇ ਨਹੀਂ ਸਕਦੇ ਉਹੀ ਗੱਲ ਹੈ ਉਹ ਤਾਂ ਨੰਗੇ ਸੀ ਤੁਹਾਨੂੰ ਗਾਲਾਂ ਕੱਢ ਜਾਂਦੇ ਸੀਗੇ ਅੱਛਾ ਕਈ ਸ਼ਾਂਪਾਂ ਪੰਗ ਮੇਰੇ ਕੋਲ ਬਾ ਮੈਂ ਹਜੇ ਆਇਆ ਤਾਂ ਨਾ ਕਹੋ ਯਾਰ ਫਿਰ ਵੀ ਮੇਰਾ ਤਾਇਆ ਲੱਗਦਾ ਚੱਲ ਕੋਈ ਗੱਲ ਨਹੀਂ ਅੱਜ ਕੱਲ੍ਹ ਦੀਆਂ ਬੁੜੀਆਂ ਮੈਂ ਖੇਜੀਆਂ ਹੀ ਹੈ ਚੁੱਕਦਾ ਮੈਂ ਸਾਨੂੰ ਹੀ ਮਸਾਂ ਮਿਲਦਾ ਹੁੰਦਾ ਤੇ ਉਹ ਕਹਿੰਦੇ ਯਾਰ ਚੱਲ ਠੀਕ ਆ ਉਹਦਾ ਗੱਲ ਤੇਰੀ ਕਹਿੰਦੇ ਯਾਰ ਕੰਮ ਕਰਦੇ ਸਾਨੂੰ ਰੋਟੀ ਨਹੀਂ ਦਿੱਤੀ ਉਹਨਾਂ ਨੇ ਤਾਂ ਮੈਂ ਕਹਾਂ ਹੁਣ ਕਿੱਧਰ ਜਾਂਦੇ ਹੋ ਸਾਡੇ ਐਵੇਂ ਕਿਹਾ ਸਵਾਹ ਸਾਡੇ ਪਹਿਲਾਂ ਤੂੰ 2-3 ਬੰਦੇ ਰੋਟੀ ਉਵੇਂ ਹੀ ਆਮ ਵੱਧ ਰਹਿੰਦੀ ਜਦੋਂ ਵੀ ਜਾਂਦੀ ਹੈ ਘਰੋਂ ਹਾਂ ਰੋਟੀ ਖਾਣ ਲੱਗ ਰੋਟੀ ਕਹਿੰਦੇ ਚੱਲ ਅਸੀਂ ਤੇਰੇ ਨਾਲ ਮੈਂ ਲਾ ਲੇ ਅੱਛਾ ਹੁਣ ਤੇਰੇ ਲੱਗ ਗਏ ਉਹ ਲੱਗਣੀ ਸੀਗੀ ਉਹ ਕੀ ਕਰ ਭੁੱਖੇ ਤੇ ਇਹ ਓਏ ਨਾ ਸਾਰੇ ਆ ਸਾਡੀਆਂ ਬਹੂਆਂ ਹੀ ਕਰਦੀਆਂ ਕਹਿੰਦੇ ਪੇਕੀ ਜਾਣੀਆਂ ਵੀ ਹੁਣ ਛੁੱਟੀਆਂ ਤੇ ਰਹਿ ਗਏ 3 ਦਿਨ ਵੀ ਹੁਣ ਜੋ ਮੈਂ ਕਿਹਾ ਵੀ ਸਹੀ ਹਾੜ ਆ ਗਿਆ ਸਾਨੂੰ ਝੋਨਾ ਲਾ ਲੈਂਦਾ ਸੌਣਾ ਝੋਨੇ 'ਚ ਵਗ ਜਾ ਹੁਣ ਉਹਨਾਂ ਨੂੰ ਕਾਹਲੀ ਹੋਈ ਵੀ ਛੁੱਟੀਆਂ ਥੋੜੀਆਂ ਰਹੀਆਂ ਉਹ ਤੜਕੇ ਤਿਆਰ ਹੋ ਗਿਆ ਮੁੜ ਕੇ ਤਿਆਰ ਹੋਣ ਵਗ ਗਿਆ ਹੋਣਗੇ ਮਾਤਾ ਮੇਰੀ ਤੋਂ ਇੰਨਾ ਕੰਮ ਹੁੰਦਾ ਨਹੀਂ ਉਹ ਇੰਨੀ ਗਿੱਚੀ ਪਿੱਛੇ ਮੱਤ ਹੁੰਦੀ ਹੈ ਪੁੱਛਣਾ ਯਾਰ ਬਸ ਲੈ ਪੇਕੇ ਪਿਆਰੇ ਹੁੰਦੇ ਆ ਉਹ ਤਾਂ ਬਾਈ ਕੱਢੂ ਅੱਜ ਇਹਨੂੰ ਬਾਈ ਨੂੰ ਦੱਸਦਾ ਮੈਂ ਜਾ ਕੇ ਵੀ ਗੱਲ ਤਾਂ ਹੋ ਗਈ ਬਾਈ ਦੇਊ ਪੰਕਾ ਰੋਟੀ ਬਣਾਉਣੀ ਭਰਾ ਕੋਈ ਕੰਮ ਕੰਮ ਕਰਦਾ ਇਹ ਤਾਂ ਹੈ ਯਾਰ ਸਹੀ ਗੱਲ ਰੋਟੀ ਦਾ ਮਰਦਾ ਬੰਦਾ ਫਿਰਦਾ ਬਸ ਪੁੱਛਣਾ ਲੈ ਫਿਰ ਇਹ ਤਾਂ ਗੱਲ ਹੀ ਮਾੜੀ ਹੋ ਗਈ ਉਹ ਬੰਦੇ ਮੌਕੇ ਤੇ ਵੀ ਨਹੀਂ ਮਿਲਨੇ ਯਾਰ ਤੇ ਬਾਈ ਵੀ ਗਾਲਾਂ ਦੇਊਗਾ ਚੱਲ ਫਿਰ ਹੁਣ ਆਪਣੇ ਕੀ ਸਾਰੇ ਬਸ ਕੋਈ ਹੁਣ ਕਰ ਗਿਆ ਕੋਈ ਉਹਨੇ ਪਾਣੀ ਦੀ ਕੁੱਟ ਲਿਓ ਪਾਣੀ ਲੈ ਕੇ ਦਿੱਤੀ ਸੀ ਮੈਂ ਦੇਖ ਲਿਆ ਸੀ ਹੁਣ ਖਾ ਲੇ ਕਿਤੋਂ ਤੇ ਹੋ ਗਿਆ ਆਪਣਾ ਪੂਲਾ ਹਾਂ ਹਾਂ ਟੋਆ ਦਾ ਹੋ ਗਿਆ ਬਸ ਹੁਣ ਦਾ ਮਸ਼ੀਨ
ਜੇ ਕੀ ਆ ਉਹਨਾਂ ਦਾ ਸਮਾਨ ਸਮੂਨ ਪੈ ਗਿਆ ਹੋਵੇ ਤਾਂ ਸਵੇਰੇ ਮਿਲ ਜੂ ਇਸ ਨੂੰ ਨਾਲੇ ਇਹ ਨਾ ਮੈਂ ਤੈਨੂੰ ਹੋਰ ਗੱਲ ਕਹਿੰਦੀ ਸੀ ਉਹ ਜਦੋਂ ਮਸ਼ੀਨ ਮਸ਼ੂਨ ਵਾਲੇ ਆਏ ਬੋਰ ਲਾਉਣ ਲੱਗੇ ਤੇ ਉਹਨਾਂ ਨੂੰ ਰੋਟੀ ਰੂਟੀ ਦਾ ਨਸਾਂ ਪਿਆ ਦੀ ਉਹ ਖੇਤ ਵਾਲੇ ਨਾ ਅੱਜ ਜਿਹੜੇ ਚੌਲ ਲਾਉਂਦੇ ਸੀਗੇ ਬਈਏ ਤੇ ਉਹ ਕਹਿੰਦੇ ਸਾਡੇ ਕੋਲ ਰੋਟੀਆਂ ਥੋੜੀਆਂ ਤੜਕੇ ਵਾਲੀਆਂ ਵੀ ਤੇ ਤੜਕੇ ਤਾਂ ਪਕਾਤੀਆਂ ਕੇਰਾਂ ਕਾਹੇ ਨਾਲ ਤੇ ਦੋਨੇ ਜਣੀਆਂ ਪੇਕਿਆਂ ਨੂੰ ਤਿਆਰ ਹੋ ਗਈਆਂ ਵੀ ਕੇਰਾਂ ਕਾਹਾ ਵੱਢਦੀ ਆ ਸਵੇਰੇ ਦੇਖੀ ਜਾਊਗੀ ਓਹੋ ਪੇਕਿਆਂ ਨੂੰ ਕੁਦਰਤ ਆਪਣਾ ਝੋਨਾ ਲਾਈ ਜਾਂਦੇ ਉਧਰਲੇ ਕਿਤੇ ਇੱਥੇ ਟੋਆ ਕਰੀ ਜਾਂਦੇ ਪੇਕੇ ਮਤਾਰੀ ਦੇ ਦਿਨ ਕਿੱਥੇ ਹੋਊਗਾ ਪੇਕੇ ਤੇ ਬਾਹਰ ਕਹਿੰਦੀ ਅਸੀਂ ਤਾਂ ਜਾਵਾਂਗੇ ਕਿ ਤੈਨੂੰ ਕੀ ਹੋਇਆ ਤੂੰ ਪਕਾ ਲੈ ਤੇ ਉਹ ਜਿਹੜੇ ਆਏ ਭਈਏ ਤੇ ਕਹਿੰਦੇ ਕਿ ਉੱਥੇ ਤੜਕੇ ਵਾਲੀਆਂ ਰੋਟੀਆਂ ਵੀ ਸੁੱਟ ਗਈਆਂ ਕਿ ਹੁਣ ਤੇ ਸਾਨੂੰ ਰੋਟੀ ਦਿਓ ਕੇ ਬੰਦੇ ਆਖੇ ਰੋਟੀ ਪਕਾ ਮੈਂ ਆਖਿਆ ਵੀ ਭਾਈ ਤੁਸੀਂ ਦੋਨਾਂ ਨੇ ਕਿੱਧਰ ਮੂੰਹ ਚੱਕਿਆ ਹੈਗਾ ਤੇ ਤੁਸੀਂ ਪੇਕੀ ਦੱਸ ਹੁਣ ਐਡੀ ਛੇਤੀ ਨਾ ਜਾਓ ਤੁਸੀਂ ਤੇ ਨਾਲੇ ਮੈਨੂੰ ਤਾਂ ਮੱਖਣ ਦਾ ਫੋਨ ਆਈ ਜਾਂਦਾ ਕਹਿੰਦਾ ਕਿ ਵੀ ਤੂੰ ਕੁੜੀਆਂ ਵਗ ਜਾਣਗੀਆਂ ਫਿਰ ਤੇ ਵੀ ਤੂੰ ਆ ਜਾ ਮਿਲ ਜਾ ਕੇ ਤੈਨੂੰ ਵੀ ਕਹਾਲ ਲੱਗੀ ਪਈ ਮੱਖਣ ਦਾ ਫੋਨ ਤੇ ਤੂੰ ਤਾਂ ਜਾ ਤੇ ਦੇਖੀ ਜੋ ਜਿਹੜਾ ਕੋਈ ਨਾ ਤੈਨੂੰ ਵੱਧ ਕਾ ਲੈਣਾ ਮੈਂ ਤਾਂ ਦਿਨੀ ਦੋ ਲਾਉਣੇ ਆ ਨਹੀਂ ਦੋ ਨਾ ਪੰਜ ਸੀ ਲਈ ਲਾਕੇ ਕੰਮ ਕੀ ਆ ਘਰੇ ਕੀ ਕੰਮ ਭੇਜਿਆ ਪਿਆ ਅੱਗੇ ਮੈਂ ਤਾਂ ਦਿਨੇ ਸਮਾਰ ਕੇ ਦੱਸਦੀ ਆ ਕੋਲੇ ਹੋ ਕੇ ਦੋ ਹੀ ਲਾਉਣੇ ਤੇ ਫਿਰ ਮੈਂ ਤਾਂ ਐ ਵੀ ਮੇਰੇ ਨੂੰਹਾਂ ਹੈਗਾ ਸਰਦਾ ਵਰਦਾ ਕਰ ਉਹ ਨੂੰਹਾਂ ਨੇ ਮੈਨੂੰ ਸਾਰੀ ਉਮਰ ਨਾਲੇ ਕੀ ਕਰਦੀਆਂ ਨਾ ਰੋਟੀਆਂ ਪੰਜ ਪੰਜ ਲਾ ਦਿੰਦੀਆਂ ਇੱਕ ਬੰਦੇ ਦੀਆਂ ਜਦੋਂ ਮੈਂ ਕੱਲੀ ਪਕਾਉਂਦੀ ਹੁੰਦੀ ਸੀ ਨਾ ਐਡਾ ਢੇਰ ਲਾਉਂਦੀ ਸੀ ਮੈਂ ਰੋਟੀਆਂ ਦਾ ਦਿਨੇ ਵੀ ਛਾਪਾ ਇਹ ਤਾਂ ਗਿਣ ਗਿਣ ਲਾਉਂਦੇ ਨਾ ਗਿਣ ਗਿਣ ਝਿਣਕੇ ਰੋਟੀਆਂ ਲਾਉਂਦੀਆਂ ਨੇ ਗਿਣ ਗਿਣ ਰੋਟੀਆਂ ਲਾਉਂਦੀਆਂ ਨੇ ਰੋਟੀਆਂ ਖੇਤਾਂ ਵਾਲਿਆਂ ਦੀਆਂ ਬੰਟੂ ਦਾ ਫੋਨ ਆ ਗਿਆ ਬੰਟੂ ਨੇ ਦਿੱਤੀਆਂ ਗਾਲਾਂ ਮੇਰੇ ਆਖੇ ਤਾਂ ਹਟੀਆਂ ਵੀ ਨੀ ਵੀ ਨਾ ਜਾਓ ਤੇ ਫਿਰ ਬੰਟੂ ਨੇ ਛੰਡੀਆਂ ਤੇ ਫਿਰ ਕੱਪੜੇ ਬਦਲ ਲੈਣਾ ਹਜੇ ਗਈਆਂ ਤਾਂ ਹੈ ਨੀ ਗੀਆਂ ਤੇ ਹੁਣ ਮੈਂ ਆਖਿਆ ਚੱਲ ਮੈਂ ਤੈਨੂੰ ਪੁੱਛ ਲਾ ਵੀ ਮੈਂ ਤਾਂ ਦੋ ਦਿਨ ਜਾ ਹੀ ਸਕਦੀ ਹਾਂ ਬਹੁਤ ਲਾ ਤੇ ਲੀੜੇ ਉਹਨਾਂ ਤਾਂ ਗਈਆਂ ਨੀ ਉਹਦਾ ਚਲੋ ਹੁਣ ਤੇਰੀ ਵਾਰੀ ਆ ਗਈ ਜੋ ਉਹਨਾਂ ਲੀੜੇ ਲਾਤੇ ਤੇ 100 ਕੰਮ ਪੈ ਜਾਂਦਾ ਯਾਰ ਮੈਂ ਤਾਂ ਇੱਕ ਵੀ ਦਿਨ ਲਾ ਲੂ ਮੈਂ ਤਾਂ ਦੂਜੇ ਦਿਨ ਤੜਕ ਹੀ ਆ ਜੂੰਗੀ ਮੈਂ ਬਾਹਲੇ ਦਿਨ ਨਹੀਂ ਜਾਂਦੀ ਚਾਹ ਤੂੰ ਪੈਸੇ ਲੈ ਜੇ ਪਰ ਭਾਗ ਜੀ ਪੰਜ ਵਾਲੀ ਤੇ ਹਜ਼ਾਰ ਪਰਸੇ ਵੱਡੇ ਵੱਡੇ ਦਿਨ ਨਾ ਪੰਜ ਵਾਲੀ ਤੇ ਜਾ ਕੇ ਤੜਕੇ 7 ਨੂੰ ਆ ਜੀ ਰਾਤ ਲਾਏ ਬੇਬੇ ਕੋਲ ਰਾਤ ਹੀ ਬਹੁਤ ਹੁੰਦੀ ਆ ਜੀ ਹੋਰ ਦਾ ਕੀ ਕਰਨਾ ਬੜਾ ਚੱਲ ਚਾਹ ਪੜਾਵਾਂ ਕੁੱਟ ਤੈਨੂੰ ਉਹ ਚਾਹ ਨਹੀਂ ਮੈਂ ਪੀਣੀ ਹੋ ਬਸ ਪੀਣਾ ਨਾ ਚਾਹ ਦਾ ਬਸ ਮੈਂ ਤਾਂ 10 ਮਿੰਟ ਆਰਾਮ ਕਰਦਾ ਹਾਂ ਫਿਰ ਮੈਂ ਮਸ਼ੀਨ ਵਾਲੇ ਦਾ ਪਤਾ ਪਤਾ ਲੈਣਾ ਕਿਵੇਂ ਕੁਛ ਚੰਗਾ ਉਹ ਦੇਖਿਆ ਕੰਮ ਇਹਨਾਂ ਦੇ ਸਹੁਰੀਆਂ ਜਮੀ ਨਹੀਂ ਦੇਖਦੀਆਂ ਵੀ ਕੀ ਕੰਮ ਚੱਲੀ ਜਾਂਦਾ ਆਪਣਾ ਕੀ ਗੱਲ ਹੈ ਕੀ ਆਖੇ ਤੋਂ ਭਲਾ ਇਹ ਜੀ ਗੱਲ ਆਖੇ ਤੋਂ ਉਹ ਕਰਦੇ ਹੁੰਦੇ ਨੇ ਧੀ ਪੁੱਤ ਨੂੰ ਆਪ ਦੀ ਆ ਪਾਉੜੇ ਵਿਖਾਉਣਾ ਕੀ ਹੁੰਦਾ ਸੀ ਇਹ ਗੱਲ ਦਾ ਵੀ ਕੰਮ ਦੀ ਰੁੱਤ ਤੇ ਕੰਮ ਕਿਹੜੇ ਲੁੜਦੇ ਆ ਲੈ ਤੇਰੀ ਦੇਹ ਤੇਰੀ ਬੰਦਾ ਮਿਲਦਾ ਨਹੀਂ ਕਿਤੋਂ ਭਾਲਿਆ ਆਪ ਤਾਂ ਦੁਖੀ ਹੋਈ ਜਾਂਦਾ ਮੈਂ ਇਸ ਗੱਲ ਮਾਰਾ ਵੀ ਉਹ ਕੱਲੇ ਬਾਕੀ ਗੱਲ ਗਏ ਇੱਧਰ ਦਾ ਕੰਮ ਹਾਲਾ ਮੈਂ ਕਰਦਾ ਗਾ ਮੈਂ ਤਾਂ ਔਖਾ ਸੌਖਾ ਵੀ ਤੁਰਿਆ ਬੰਦਾ ਹੈਗਾ ਇਹਨਾਂ ਨੂੰ ਪੇਕਿਆਂ ਦਾ ਵੀ ਚਾਹ ਹੋ ਗਿਆ ਵੀ ਕਿ ਪੇਕੀ ਵਗ ਜੀਏ ਇਹ ਗਾਹਾਂ ਵਾਲੇ ਰਾਈ ਨਹੀਂ ਕਹਿੰਦੇ ਵੀ ਨਾ ਭਾਈ ਜੀ ਤੁਹਾਡਾ ਕੰਮ ਹੈ ਹੁਣ ਠਹਿਰ ਜਾਓ ਮਾਰੂ ਨਵੇਂ ਪਾਈ ਬੈਠੀਆਂ ਅਸੀਂ ਵੀ ਉਹੀ ਪਾ ਲੇ ਜਿਹੜੇ ਤੜਕੇ ਨਹਾ ਕੇ ਪਾਏ ਸੀ ਉਹੀ ਫੇਰ ਪਾ ਲੇ ਤੁਸੀਂ ਨਾ ਜਾਓ ਸਾਨੂੰ ਹੀ ਤੋੜ ਦੋ ਸੋਨੂੰ ਕਿਹਦੇ ਨਾਲ ਉੱਠ ਕੇ ਮੇਰੀ ਗੱਲ ਸੁਣੋ ਆ ਕਹਿੰਦੇ ਅਸੀਂ ਵੀ ਝੋਨਾ ਲਾਉਣੇ ਆ ਦਿਹਾੜ ਗਏ ਰੋਟੇ ਲੱਗੇ ਦਿਹਾੜ ਗਏ ਆ ਗਏ ਖੇਤੋਂ ਕਹਿੰਦੇ ਸਾਨੂੰ ਰੋਟੀਆਂ ਪਕਾ ਕੇ ਦਿਓ ਹੁਣ ਸਾਡੀ ਦਾਦੀ ਬੈਗ ਚ ਕੱਪੜੇ ਪਾਈ ਜਾਂਦੀ ਆ ਉਹ ਜਾਂਦੀ ਹੈ ਜਾਏ ਕਰੋ ਸਾਡੀ ਦਾਦੀ ਨੇ ਉੱਥੇ ਰੱਖ ਦਿਓ ਸਾਡੇ ਨਾਲ ਹੀ ਸ਼ਾਂਤੀ ਰੱਖਣ ਦੇ ਆਜੋ ਕਿਉਂ ਆਪਣੀਆਂ ਰੋਦੇ ਆ ਹੁਣ ਅਸੀਂ ਉੱਥੇ ਕੀ ਕਰਨਾ ਸਾਡੇ ਕਿਹੜਾ ਨਾਮ ਕੀ ਕਿ ਸਾਡੇ ਡੈਡੀ ਵਰਗਿਆਂ ਦੇ ਨਾਮ ਕੀ ਹੈ ਦੀਦੀ ਗੱਲ ਇਹਨਾਂ ਦੀ ਵੀ ਸਹੀ ਹੈ ਹਨਾ ਕਿ ਜਦੋਂ ਇਹ ਉਹਨਾਂ ਨੂੰ ਜਾਣਦੇ ਨਹੀਂ ਹੈਗੇ ਚਲੋ ਉਹ ਜਾਣਨਗੇ ਵੀ ਇਹਨਾਂ ਦੇ ਜਵਾਕ ਇਹ ਤਾਂ ਨਹੀਂ ਜਾਣਦੇ ਉਹਨਾਂ ਨੇ ਤਾਂ ਆਪਦੇ ਨਾਨਕੇ ਪਿਆਰੇ ਤੇ ਤੁਹਾਡੇ ਡੈਡੀ ਵਰਗਿਆਂ ਦੇ ਨਾਨਕੇ ਉੱਥੇ ਜਾ ਵੜੋ ਨਾਨਕੇ ਤਾਂ ਨਾਨਕੇ ਹੀ ਹੁੰਦੇ ਆ ਮਸੇ ਇਸ ਤਾਂ ਨਾਨਕੇ ਜਿਆਦਾ ਇਸ ਤਾਂ ਆਪਦੇ ਨਾਨਕੇ ਜਾਵਾਂਗੇ ਫਿਰ ਪੁੱਤ ਕਰੇ ਕਲੇਸ਼ ਨਹੀਂ ਪਵਾਈਦਾ ਹੁੰਦਾ ਮੇਰੀ ਗੱਲ ਸੁਣ ਅੱਜ ਚੱਲ ਦਾਦੀ ਅੱਜ ਜਾ ਵੜੂਗੀ ਕੱਲ ਨੂੰ ਕਹਿੰਦੀ ਆ ਜੂਗੀ ਆਪਾਂ ਪਰਸੋਂ ਜਾ ਵੜਾਂਗੇ ਵੱਡੀ ਮੰਮੀ ਦਾਦੀ ਤਾਂ ਹਰੇਕ ਵਾਰ ਹੀ ਜਾਂਦੀ ਹੈ ਫਿਰ ਦਾਦੀ ਦਾ ਵੀ ਪੁੱਤ ਉਹਦੇ ਭਰਾ ਨੇ ਫੋਨ ਲਾਇਆ ਫੋਨ ਕਰੀ ਜਾਂਦਾ ਉਹਨਾਂ ਭਤੀਜੀਆਂ ਆਈਆਂ ਹੋਈਆਂ ਚਲੋ ਕੋਈ ਨਾ ਇਹਨਾਂ ਜਾਇਆ ਹੁੰਦੇ ਦੋ ਦਿਨ ਰੁੱਕ ਕੇ ਆਪਾਂ ਜਾਵਾਂਗੇ ਪੱਕਾ ਤੁਹਾਡੇ ਨਾਲ ਪ੍ਰੋਮਿਸ ਮੰਮੀ ਤੂੰ ਤਾਂ ਉਹੀ ਗੱਪ ਜਿਹੜੀ ਮੇਰੀ ਗੱਲ ਸੁਣ ਪੁੱਤ ਐਂ ਨਹੀਂ ਪਤਾ ਵੀ ਗਰਮੀ ਵਾਲੀ ਹੈ ਸਾਨੂੰ ਛੁੱਟੀਆਂ ਹੋਰ ਵੱਧ ਜਾਣ
अपने मुद्दा है नी कोई आप बस से चढ़ के जा नहीं सकते गड्डी खाली नहीं नाले मोड़ सकते परसों तक भी टाइम है परसों तो मैं तुसी रुस्से कादो बैठे हो मेरी गल सुनो तुसी खेडो आपा जे सोना है सोजो ਜੇ ਖੇਡਣਾ ਖੇਡੋ ਜੇ ਕੰਮ ਰਹਿੰਦਾ ਤੁਹਾਡੇ ਸਕੂਲ ਦਾ ਉਹ ਕਰ ਲਓ ਜੇ ਹੁਣ ਨਾਨਕੀ ਜਾਵਾਂਗੇ ਉੱਥੇ ਐ ਤਾਂ ਨਾ ਟੈਨਸ਼ਨ ਹੋਊਗੀ ਵੀ ਸਾਡਾ ਕੰਮ ਨਹੀਂ ਦੇਖੀ ਤੇਰੀ ਭੈਣ ਮਾਸੀ ਉਹ ਤਾਂ ਕਿਦੋਂ ਦੀ ਆ ਬਾਕਾਂ ਨੂੰ ਲੈ ਕੇ ਉਹ ਫਿਰ ਪੁੱਤ ਕੋਈ ਨਾ ਆਪਾਂ ਜਾ ਬਣਾਂਗੇ ਤੁਸੀਂ ਜਰਾਂਦ ਰੱਖੋ ਆਪਦੇ ਘਰੇ ਨਹੀਂ ਕਲੇਸ਼ ਪਾਈ ਲਾ ਹੁੰਦਾ ਹੁਣ ਜੇ ਤਾਂ ਉੱਥੇ ਖੇਤ ਇੰਨਾ ਕੁਛ ਬੋਲਿਆ ਉਹ ਤੇਰੀ ਮੰਮੀ ਨੂੰ ਚੱਲ ਆਗੂ ਜ਼ਿਆਦਾ ਨਹੀਂ ਬੋਲਦੇ ਹੁੰਦੇ ਤੂੰ ਵੀ ਬਾਹਲਾ ਬੋਲੀ ਇਹਨਾਂ ਦੀ ਮਾਸੀ ਨੂੰ ਠੀਕ ਹੈ ਤੂੰ ਚੁੱਪ ਕਰ ਪੁੱਤ ਤੈਨੂੰ ਮੈਂ ਸਮਝਾਉਂਗੀ ਕੋਈ ਨਹੀਂ ਤੂੰ ਉਹਦੇ ਡੈਡੀ ਨਾਲ ਗੱਲ ਕਰੀ छोटा कहंदा चलदा छोटा चलदा सही गल दीदी चलो कोई नी माता नूं कर लैंदा ओहदी मर्जी नाल मेरी गल सुन मीत ਹੁਣ ਪਹਿਲਾਂ ਛੁੱਟੀਆਂ ਚ ਭੈਣ ਆ ਗਈ ਛੋਟੀ ਭੈਣ ਆ ਗਈ ਓਏ ਆ ਬਾਬਾ ਖੇਡਦੇ ਇਹਨਾਂ ਦਾ ਤਾਂ ਇੰਦਰੀ ਕਰ ਲਿਆ ਫਿਰ 6-7 ਛੁੱਟੀਆਂ ਰਹਿੰਦੀਆਂ ਸੀ ਜੇ ਆਪਾਂ ਜਾ ਵੜਦੀਆਂ ਫਿਰ ਕੀ ਹੁੰਦਾ ਸੀ ਮੰਮੀ ਮੈਂ ਜਾਣਾ ਜਾਂ ਖੇਡੋ ਖੇਡੋ ਹੋਰ ਜਵਾਕਾਂ ਦਾ ਮਨ ਖਰਾਬ ਹੋਇਆ ਪੈਸਾ ਜੀ ਆਪਣਾ ਵੀ ਹੋ ਗਿਆ ਕਿਹਦੀ ਮੈਂ ਤਾਂ ਨਾ ਸਿਰ ਪੱਟੀ ਜਾਂਦਾ ਬਾਬਾ ਤੂੰ ਮੇਰੀ ਗੱਲ ਸੁਣ ਤੇ ਮੈਂ ਉਹਨਾਂ ਦੀ ਖੇਤ ਵਾਲੀ ਚਾਹ ਬਣਾਤਾ ਉਹ ਫੇਰ ਫੋਨ ਆ ਗਿਆ ਮੇਰੇ ਕੋਲੇ ਹੈਪੀ ਦਾ ਵੀ ਸਾਡੀ ਚਾਹ ਭੇਜ ਦੇ ਮੈਂ ਚਾਹ ਬਣਾ ਦਿੰਨੀ ਆ ਤੇ ਤੂੰ ਗੋਲੀ ਲੈ ਕੇ ਪੈ ਜਾ ਚੰਗਾ ਹੋਰ ਮੈਂ ਪੈਣੀ ਹੈ ਵੈਂਦਰ ਤੇ ਉਹ ਤੋਂ ਬਾਅਦ ਵਾਲੀ ਚਾਹ ਚੂ ਜਦੋਂ ਬਣਾਉਣੀ ਹੈ ਨਾ ਉਹ ਫਿਰ ਮੈਂ ਕਰ ਦੂੰਗੀ ਕੋਈ ਨਾ ਤੂੰ ਆਰਾਮ ਕਰ ਲੈ ਐਵੇਂ ਤੇਰਾ ਕੁਝ ਦੁਖਣ ਲੱਗ ਜਾਊਗਾ ਉਦੋਂ ਔਖਾ ਹੋ ਜੂ ਹੋਰ ਵੈਂਦਰ ਤਾਂ ਜਦੋਂ ਜਾਣਾ ਆਪਣੇ ਰਲਿਆ ਅੰਨ ਪਾਣੀ ਉਦੋਂ ਹੀ ਹੈ ਮੇਰਾ ਤਾਂ ਨਾ ਜਾਇ ਜੀ ਕਰਦਾ ਬਟ ਤੂੰ ਮੈਂ ਬੁਲਾਵਾਂ ਹੀ ਨਾ ਸੱਚੀ ਇੰਨਾ ਕੁਝ ਬੋਲਿਆ ਮੈਨੂੰ ਫੋਨ ਤੇ ਦੀਦੀ ਬਾਹਲੀ ਜ਼ਿਆਦਾ ਕੁਝ ਬੋਲ ਰਹੀ ਤੂੰ ਬਾਹਲੀ ਜੰਬਲ ਗਈ ਥੋੜੀ ਜੀ ਹੋਰ ਚੱਲ ਚੰਗਾ ਦੀਦੀ ਮੈਂ ਤਾਂ ਪੈ ਜਾ ਚੰਗਾ ਮੈਂ ਚਾਹ ਬਣਾਉਂਦਾ ਚੰਗਾ ਚੰਗਾ ਕੀ ਹੋ ਗਿਆ ਹਰ ਉਸੇ ਜਗ੍ਹਾ ਤੋਂ ਬੈਠੇ ਆ ਇਹ ਤਾਂ ਭੁੱਖ ਭੁੱਖ ਕਰੀ ਜਾਂਦੇ ਦੀਦੀ ਬਣ ਗਈ ਚਾਹ ਇਹਨਾਂ ਨੇ ਪੀਣੀ ਸੀਗੀ ਜਵਾਕਾਂ ਨੇ ਤੇ ਚਾਹ ਤਾਂ ਮੈਂ ਬਣਾਉਣ ਜਾਂਦੀ ਸੀ ਵੀ ਤਾਂ ਮੇਰਾ ਨਾ ਸੂਟ ਪਿਆ ਸੀ ਧੋਣ ਵਾਲਾ ਮੈਂ ਚੱਲ ਸੂਟ ਧੋਣਾ ਤੇ ਫੇਰ ਬਣਾ ਕੇ ਆਉਂਦੀ ਮੈਂ ਇਹਨਾਂ ਵਾਸਤੇ ਨਾਲੇ ਖਾਣ ਨੂੰ ਕੁਛ ਨਾਲੇ ਚਾਹ ਮੰਮਾ ਜੀ ਆ ਕੂਲਿੰਗ ਬਦਲਾ ਲਓ ਕੂਲਿੰਗ ਕੋਈ ਨਹੀਂ ਪੁੱਤ ਵਧਾ ਲਾਂਗੇ ਇੰਨੀ ਕੂਲਿੰਗ ਲੈ ਲੈ ਕੇ ਗਾਂਵ ਵੱਡੇ ਹੋ ਕੇ ਤੁਸੀਂ ਖੇਤੀ ਕਰਨੀ ਹੈ ਠੀਕ ਹੈ ਤੇ ਇੱਥੇ ਇਸ ਨਾਲ ਚ ਬਹਿ ਬਹਿ ਕੇ ਕੰਮ ਆਏ ਨਾ ਚੱਲਣੇ ਅਸੀਂ ਕਿਉਂ ਖੇਤੀ ਕਰੀਏ ਪੁੱਤ ਜ਼ਿਮੀਦਾਰ ਦੇ ਪੁੱਤ ਖੇਤੀ ਕਰੋਗੇ ਹੋਰ ਕੀ ਕਰੋਗੇ ਤੁਸੀਂ ਅਸ ਤਾਂ ਵੱਡੇ ਅਫਸਰ ਬਣਾਂਗੇ ਉਹ ਵੱਡੇ ਅਫਸਰ ਚੱਲ ਛੋਟੇ ਬੋਲਸ ਲੱਖਣੇ ਰਹਿਣ ਅਸ ਵੱਡੇ ਅਫਸਰ ਵੀ ਬਣ ਜਾਓਗੇ ਪਰ ਮੰਮੀ ਆ ਗਈ ਹੋ ਗਏ ਮੰਮੀ ਤਿਆਰ ਹੋ ਗਈ ਤਿਆਰ ਤਾਂ ਹਾਂ ਤੁਸੀਂ ਨਾ ਕਿਹੜੇ ਬੇੜਾ ਦਾ ਅੰਦਰ ਵੜ ਕੇ ਸਿਰ ਜੋੜਿਆ ਬਾਹਰ ਪਤਾ ਕਿੰਨੇ ਕੰਮ ਪਏ ਆ ਆਹਾ ਦੇਖ ਲੈ ਪਹਿਲਾਂ ਨੱਚਦੇ ਫਿਰਦੇ ਸੁਣ ਲਿਬੜੇ ਤੇ ਬੜੇ ਆ ਕੇ ਬੈਠਦੇ ਚੜ ਕੇ ਨਾਲੇ ਮੈਂ ਪਿੰਡ ਜਾਣੀ ਆ ਮੈਂ ਤਾਂ ਤੇਰੇ ਡੈਡੀ ਤੋਂ ਕੁਝ ਹਾਂ ਕਹਾ ਲਈ ਠੀਕ ਹੈ ਜੀ ਲਾ ਕੇ ਤਾਂ ਮੈਂ ਕਰਾਤੀ ਆਉਂਗੀ ਤੜਕੇ ਆ ਜਾਊਂਗੀ ਮੈਂ ਠੀਕ ਹੈ ਮੈਂ ਤੇ ਵੀਰ ਖਿੰਡ ਖੱਪਰ ਬਾਹਰ ਲੋਡ ਕਰ ਲੋ ਜੇ ਆਖਨੇ ਉਹਨਾਂ ਨੇ ਆ ਕੇ ਤਾਂ ਨਾ ਫੜ ਲਿਆ ਨਾ ਕੋਈ ਕੰਮ ਪਿੱਛੇ ਫੇਰ ਨਾ ਤੇ ਆ ਕੇ ਕਹਣੇ ਜਲੂਸ ਦਿਖਾ ਦੇਣਾ ਮੈਂ ਘਰੇ ਨਹੀਂ ਹੋਣੀ ਮੈਂ ਤਾਂ ਚਾਹ ਕਰਨ ਜਾਂਦੀ ਸੀ ਇਹਨਾਂ ਨੂੰ ਘੜੀਸ ਕੇ ਲਿਆਈ ਅੰਦਰ ਮੈਂ ਕਿਹਾ ਭਾਈ ਅੰਦਰ ਬੈਠ ਜਾਓ ਬੋਲੀ ਮਾਰ ਲੈਂਦੀ ਘੜੀਸ ਕੇ ਲੈਂਗੇ ਨਾ ਦੋ ਦੋ ਵਾਰ ਕੋਈ ਨਹੀਂ ਮਾਂ ਫਿਕਰ ਨਾ ਕਰ ਅਸੀਂ ਸਾਰਾ ਸਾਂਭਣਾਂਗੇ ਤੂੰ ਲਾਇਆ ਦਵਾ ਦੋ ਦਿਨ ਦੋ ਦਿਨ ਦੋ ਦਿਨ ਮੈਂ ਕਿੱਥੋਂ ਲਾਉਂ ਮੈਂ ਤਾਂ ਇੱਕ ਰਾਤ ਕੇ ਹੈ ਤੇ ਰੈਡੀ ਨੇ ਮੈਨੂੰ ਤਾਂ ਚਲ ਇੱਕ ਰਾਤ ਲਾਇਆ ਫਿਰ ਅਸੀਂ ਵੀ ਜਾ ਤੁਸੀਂ ਨਾਨਕੀ ਜਾਣਾ ਦਾਦੀ ਦੇ ਨਾਲ ਜਾ ਆਪੋ ਨਹੀਂ ਕਿਉਂ ਅਸੀਂ ਆਪਦੇ ਨਾਨਕੀ ਜਾਵਾਂਗੇ ਨਾ ਆਵੇ ਨਾਨਕੀ ਦੇ ਉੱਥੇ ਕੀ ਫਰਕ ਆ ਉੱਥੇ ਮਰਿਆ ਘੱਟ ਹੁੰਦਾ ਚਮਣਾਈ ਹੋਈ ਲਾਦ ਨਾ ਜਾਓ ਮੈਂ ਕਿ ਤੁਹਾਨੂੰ ਲੈ ਕੇ ਦਾਦੀ ਜੀ ਤੁਸੀਂ ਇੱਥੇ ਰਹਿ ਪੋ ਫਿਰ ਏਸੀ ਵਾਲੇ ਰੂਮ 'ਚ ਅਸੀਂ ਜਾ ਲੈਂਦੇ ਕਿੰਨੀ ਸ਼ਕੀਨੀ ਲਈ ਇਹ ਦੇਖ ਲੈ ਬਾਪੂ ਤੋਂ ਤਾਂ ਮਿੰਟ 'ਚ ਹਾਂ ਕਰਵਾ ਲਈ ਆਪਣੇ ਵਾਲੇ ਬੰਦੇ ਤਾਂ ਉਹ ਹੀ ਨਹੀਂ ਹਾਂ ਕਰਦੇ ਚਮਾ ਨਹੀਂ ਕਰਦੇ ਦੀਦੀ ਬੰਟੂ ਤਾਂ ਜਮਾ ਹੀ ਖਾਣ ਵਾਲੇ ਵਾਂਗੂ ਪੈਂਦਾ ਮੈਨੂੰ ਬੋਲਣ ਹੀ ਨਹੀਂ ਦਿੰਦਾ ਹਜੇ ਹੈਪੀ ਮੇਰਾ ਫੇਰ ਵੀ ਨਾ ਦੇਖ ਚੁੰਨੀ ਵੀ ਸੇਮ ਬੈਗ ਵੀ ਉਹਨਾਂ ਦਾ ਸੇਮ ਤੇ ਸੈਂਡਲ ਵੀ ਸੇਮ ਤੁਸੀਂ ਤਾਂ ਅਲੱਗ ਅਲੱਗ ਤੇ ਪਾ ਕੇ ਜਾ ਵੜਦੇ ਚੁੰਨੀ ਅਲੱਗ ਦੀ ਸੂਟ ਅਲੱਗ ਜਿਹੜਾ ਸੂਟ ਹੈ ਤੁਸੀਂ ਪਰਸਨ ਦਾ ਉਹ ਅਲੱਗ ਦਾ ਕੋਈ ਨਾ ਪੁੱਤ ਮੇਰੀ ਗੱਲ ਸੁਣ ਬਾਪੂ ਜੀ ਨੇ ਨਾ ਸੁਡੀ ਦਾਦੀ ਲਾਡਲੀ ਰੱਖੀ ਹੈ ਠੀਕ ਹੈ ਨਾ ਜੀ ਗੱਲ ਬੁੜਾ ਨੇ ਬੜੀ ਲਾਡਲੀ ਰੱਖੀ ਸਿਰ ਮੁੰਨੇ ਕੇ ਵਿਚਾਲੇ ਮੋਦੀ ਰੱਖੀ ਉਹ ਗੱਲ ਹੈ ਤੇ ਤੁਹਾਡੇ ਡੈਡੀ ਵਰਗੇ ਨੂੰ ਹਜੇ ਪੁੱਤ ਸਾਡੀ ਕਦਰ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਬੁੜੇ ਹੋ ਗਏ ਉਦੋਂ ਕਦਰ ਸਾਡੀ ਜਾਗੂਗੀ ਉਹਨਾਂ ਦੇ ਅੰਦਰ ਵੀ ਹਾਂ ਭਾਈ ਵੀ ਜਨਾਨੀ ਕੀ ਚੀਜ਼ ਹੁੰਦੀ ਹੈ ਵੀ ਨਾ ਬੰਦੇ ਨੂੰ ਸਰਦਾ ਹੁੰਦਾ ਬੁੜੀ ਬਿਨਾਂ ਤੇ ਨਾ ਬੁੜੀ ਨੂੰ ਬੰਦੇ ਬਿਨਾਂ ਸਰਦਾ ਹੁੰਦਾ ਤੇ ਹੁਣ ਤਾਂ ਸਾਡੀ ਉਹ ਗੱਲ ਮੰਨਦੇ ਨਹੀਂ ਕੋਈ ਨਾ ਤੁਸੀਂ ਆਪਦਾ ਪੜ ਲਓ
ਅੱਜ ਤੇ ਕੱਲ ਨੂੰ ਦੋ ਦਿਨ ਮੰਮੀ ਸਕੂਲ ਦਾ ਕੰਮ ਸਾਰਾ ਨਿਬੇੜ ਦੋ ਆਪਾਂ ਪਰਸੋਂ ਨੂੰ ਜਾਵਾਂਗੇ ਮੰਮੀ ਤੂੰ ਉੱਤੇ ਬੋਲੀ ਸੁਣਾਈ ਸੀ ਮੈਂ ਭੁੱਲ ਗਿਆ ਕਿਹੜੀ ਸੁਣਾਈ ਸੀ ਆਹੀ ਸੁਣਾਈ ਸੀ ਬੁੜੇ ਨੇ ਬੁੜੀ ਲਾਡਲੀ ਰੱਖੀ ਸਿਰ ਮੁੰਨ ਕੇ ਵਿਚਾਰੇ ਬੋਲੇ ਸਿਰ ਕਿਵੇਂ ਮੁੰਨਿਆ ਪਤਾ ਨਹੀਂ ਭਾਈ ਬੋਲੀ ਹੈ ਇਹ ਪਤਾ ਨਹੀਂ ਸਿਰ ਸੱਚੋ ਮੁੰਨਿਆ ਸੀ ਕਿ ਮੁੰਨਿਆ ਨਹੀਂ ਦਾ ਬੋਲੀ ਮੁੰਨੇ ਸੀ ਕਿ ਦਾਦੂ ਪਤਾ ਨਹੀਂ ਭਈ ਉਹ ਤਾਂ ਰੱਬ ਜਾਣਦਾ ਮੇਰੀ ਗੱਲ ਸੁਣੋ ਹੁਣ ਤੁਸੀਂ ਬਾਹਲੀਆਂ ਗੱਲਾਂ ਨਾ ਮਾਰੋ ਹੁਣ ਕੀ ਖਾਣਾ ਉਹ ਦੱਸੋ ਤੁਸੀਂ ਮੈਂ ਵੀ ਚੱਲ ਦੀਦੀ ਐਂ ਕਰ ਮੈਂ ਧਰਦੀ ਹਾਂ ਚਾਹ ਤੂੰ ਬਣਾ ਮੈਗੀ ਕਿਉਂਕਿ ਉਹ ਵੀ ਮੇਰਾ ਸਿਰ ਦੁਖਦਾ ਹੈ ਪੈਣ ਤਾਂ ਮੈਨੂੰ ਦਿੰਦੇ ਨਹੀਂ ਇਹ ਤਾਂ ਉਦੂ ਰੁੱਸੇ ਬੈਠੇ ਹੋ ਤੁਸੀਂ ਰੁੱਸਦੇ ਕਾਹਤੋਂ ਆ ਆਪਾਂ ਨਾਲ ਕੀ ਜਾ ਵੜਾਂਗੇ ਐਂ ਨਹੀਂ ਪਤਾ ਸੁਣ ਛੁੱਟੀਆਂ ਹੋਰ ਮਿਲ ਜਾਣ ਪਰ ਜਦੋਂ ਮੈਂ ਜਾਵਾਂਗੀ ਉਹਨਾਂ ਨੂੰ ਵੇਖੀ ਜਾਣਗੀ ਤੁਸੀਂ ਪਹਿਲਾਂ ਜਾ ਤਾਂ ਬੋਲੋ ਵੀ ਜੇ ਮਿਲ ਗਈਆਂ ਤੁਹਾਨੂੰ ਉੱਥੇ ਛੱਡਿਆ ਆਵਾਂਗੀਆਂ ਨਹੀਂ ਤੁਸੀਂ ਨਾਲ ਹੀ ਰਹਿਣਾ ਫਿਰ ਤਾਂ ਉਦੋਂ ਮਜ਼ਾ ਆਊਗਾ ਤੇ ਖਾਣ ਪੀਣ ਨੂੰ ਵਾਧੂ ਕੁਝ ਦਿੰਦੇ ਆ ਫਿਰ ਚੱਲ ਕੋਈ ਨਾ ਮੈਂ ਤਾਂ ਦੋ ਦਿਨਾਂ ਚ ਸੁਣੇ ਰਹਿ ਗਈ ਤੇ ਖਾਣ ਪੀਣ ਦਾ ਲਾਲਚ ਵਾਲਾ ਕਰ ਦੇਗਾ ਅੱਖਾਂ ਦੇਖਦਾ ਹੈ ਹੋਰ ਫਿਰ ਇਹਨਾਂ ਨੂੰ ਆਇਆ ਵੀ ਲੀੜਾ ਕਪੜਾ ਵੀ ਚੱਲ ਚੰਗਾ ਹੁਣ ਨਾ ਚੌੜਨਾ ਕਰਿਆ ਕਿ ਇੱਕ ਦੂਜੇ ਨੂੰ ਕੁੱਟਣਾ ਨਹੀਂ ਲੱਗ ਰਿਹਾ ਉੱਥੇ ਪਰਸੋਂ ਪੱਕਾ ਚੱਲਾਂਗੇ ਠੀਕ ਹੈ ਚੰਗਾ ਪੱਕਾ ਪੱਕਾ ਆਏ ਨਹੀਂ ਪਤਾ ਲੱਗ ਮਾਰ ਜਾਣਾ ਆਪਾਂ ਕਿਤੇ ਜਾਂਦੇ ਆ ਪੈਂਦੇ ਨਹੀਂ ਆਪਾਂ ਏਸੀ ਬੰਦ ਕਰ ਲੈਂਦੇ ਆ ਹੁਣ ਤਾਂ ਇਹ ਗਈ ਵੀ ਹੈ ਸੋਨਾ ਤੇ ਚੱਕਦੇ ਆ ਸਿੱਧਾ ਘਰ